ਸਤਨਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਤੇਰੀ ਕਗਨ ਕਗਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਪੂਜ ਭਗਵਾਨਾ ਪਰਮ ਸਤਿਕਾਰਯੋਗ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ ਵਡਭਾਗੇ ਹਾਸੀ ਸਾਰੀ ਜਿਨ੍ਹਾਂ ਨੂੰ ਸਤਿਗੁਰਾਂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਇਸ ਵਾਗ ਸਮਾਂ ਪ੍ਰਾਪਤ ਹੋਇਆ। ਆਓ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਦਾ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾਂ ਕੋ ਬੋਲੈ ਦੇ 988 ਅੰਕ ਦੇ ਉੱਪਰ ਇਹ ਸ਼ਬਦ ਮਾਲੀ ਗੌੜਾ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜਿੰਨੇ ਸ਼ਬਦ ਅੱਜ ਪੜ੍ਹੇ ਗਏ ਨੇ ਸਾਰੇ ਹੀ ਭਗਤ ਨਾਮਦੇਵ ਜੀ ਦੇ ਸ਼ਬਦ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ। 31 ਰਾਗਾਂ ਦੇ ਵਿੱਚੋਂ 18 ਰਾਗਾਂ ਦੇ ਵਿੱਚ 61 ਸ਼ਬਦ ਭਗਤ ਨਾਮਦੇਵ ਜੀ ਦੇ ਦਰਜ ਨੇ। ਅਤੇ ਭਗਤ ਜੀ ਦਾ ਜਿਹੜਾ ਸਮਾਂ ਹੈ ਉਹ ਹੈ 1270। ਉਹਨਾਂ ਦਾ 1270 ਦੇ ਵਿੱਚ ਜਨਮ ਹੁੰਦਾ ਹੈ। 1350 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। 80 ਕੁ ਸਾਲ ਦਾ ਸਮਾਂ ਹੈ ਉਹਨਾਂ ਦਾ ਜਿਹੜਾ ਉਹਨਾਂ ਨੇ ਆਪਣੀ ਉਮਰ ਜਿਹੜੀ ਹੈ ਉਹਨਾਂ ਨੇ ਭੋਗੀ ਹੈ ਸਰੀਰਕ ਜਾਮੇ ਦੇ ਵਿੱਚ। ਅਤੇ ਗੁਰੂ ਨਾਨਕ ਸਾਹਿਬ ਦਾ ਸਮਾਂ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ 1469 ਤੋਂ। 1270 ਅਤੇ 1469 ਨੂੰ ਜਦੋਂ ਆਪਾਂ ਕਾਊਂਟ ਕਰੀਏ 199 ਕੁ ਸਾਲ ਦਾ ਜਿਹੜਾ ਫਰਕ ਬਣਦਾ ਹੈ। ਗੁਰੂ ਨਾਨਕ ਸਾਹਿਬ ਤੋਂ 199 ਸਾਲ ਪਹਿਲਾਂ ਭਗਤ ਨਾਮਦੇਵ ਜੀ ਦਾ ਜਨਮ ਹੁੰਦਾ ਹੈ। ਅਤੇ ਜਦੋਂ 1350 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਅਤੇ 1350 ਤੋਂ ਲੈ ਕੇ 1469 ਤੱਕ ਜਿਹੜਾ ਹੈ 119 ਕੁ ਸਾਲ ਦਾ ਸਮਾਂ ਬਣਦਾ ਹੈ। ਹੁਣ ਜਿਹੜੀਆਂ ਗੱਲਾਂ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਕਹੀਆਂ, ਜਿਹੜੀ ਬਾਣੀ ਉਹਨਾਂ ਨੂੰ ਪ੍ਰਾਪਤ ਹੋਈ, ਉਹ ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਵੱਖਰੀ ਗੱਲ ਨਹੀਂ। ਸਾਰੀਆਂ ਗੱਲਾਂ ਜਿਹੜੀ ਗੁਰੂ ਨਾਨਕ ਸਾਹਿਬ ਨੇ 15ਵੀਂ 16ਵੀਂ ਸਦੀ ਵਿੱਚ ਕਹੀਆਂ, 15ਵੀਂ ਸਦੀ ਦੇ ਵਿੱਚ, ਉਹ ਗੱਲਾਂ 13ਵੀਂ ਸਦੀ ਦੇ ਅਖੀਰ ਤੋਂ 14ਵੀਂ ਸਦੀ ਦੇ ਪ੍ਰਾਰੰਭ ਤੱਕ ਹੁੰਦੀਆਂ ਰਹੀਆਂ ਭਗਤ ਨਾਮਦੇਵ ਜੀ ਦੁਆਰਾ। ਹੁਣ ਜਦੋਂ ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਸਭੇ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾਂ ਕੋ ਬੋਲੈ ਦੇ, ਉਹ ਕਿਹੜੇ ਰਾਮ ਦੀ ਗੱਲ ਕਰ ਰਹੇ ਨੇ ਵੀ ਜਿਹੜਾ ਸਾਰਿਆਂ 'ਚ ਬੋਲਦਾ? ਕਿਉਂਕਿ ਜਦੋਂ ਭਗਤ ਨਾਮਦੇਵ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਉਹ ਸਾਰੀਆਂ ਚੀਜ਼ਾਂ ਸਾਨੂੰ ਦੱਸੀਆਂ ਗਈਆਂ ਨੇ, ਲਿਖੀਆਂ ਗਈਆਂ ਨੇ, ਅਤੇ ਉਹ ਲਿਖੀਆਂ ਹੋਈਆਂ ਚੀਜ਼ਾਂ ਪ੍ਰਚਾਰੀਆਂ ਗਈਆਂ ਨੇ, ਮਨੌਤ ਬਣਾ ਕੇ ਸਾਡੇ ਸਾਹਮਣੇ ਰੱਖੀ ਗਈ ਹੈ ਵੀ ਇਸ ਢੰਗ ਦੇ ਨਾਲ ਇਹ ਸਾਖੀ ਜਿਹੜੀ ਹੈ ਉਹਨਾਂ ਦੇ ਨਾਲ ਜੁੜੀ ਹੋਈ ਹੈ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦੇ ਬਾਰੇ ਪੜ੍ਹਦੇ ਹਾਂ ਵੀ ਜਦੋਂ ਪਾਧੇ ਨੇ ਕਿਹਾ ਵੀ ਤੂੰ ਇੱਥੇ
ਇਹ ਅੱਖਰ ਲਿਖ ਅਤੇ ਉਹਨਾਂ ਨੇ ਪੱਟੀ ਲਿਖ ਦਿੱਤੀ। ਇੱਦਾਂ ਹੀ ਭਗਤ ਨਾਮਦੇਵ ਜੀ ਦੇ ਨਾਲ ਵੀ ਇੱਕ ਸਾਖੀ ਜੁੜੀ ਹੋਈ ਹੈ। ਕਹਿੰਦੇ ਜਿਹੜੇ ਪੰਡਿਤ ਕੋਲ ਪੜ੍ਹਨ ਗਏ, ਹੁਣ ਦੇਖੋ ਇੱਕ ਗੱਲ ਮਿਲਦੀ ਨਹੀਂ ਆਪਸ ਦੇ ਵਿੱਚ। ਇੱਕ ਪਾਸੇ ਤੇ ਵਾਰ ਵਾਰ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਹਿੰਦੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਵਾਰ ਵਾਰ ਉਹ ਕਹਿੰਦੇ ਨੇ ਵੀ ਮੈਨੂੰ ਤੇ ਮੰਦਰ ਦੇ ਵਿੱਚ ਨਹੀਂ ਵੜਨ ਦਿੱਤਾ। ਜਿਹੜਾ ਜਾਤ ਪਾਤ ਦਾ ਵਿਤਕਰਾ ਉਹ ਹਰ ਵੇਲੇ ਖੜਾ ਹੋਇਆ, ਫਿਰ ਪੰਡਿਤ ਨਾਮਦੇਵ ਨੂੰ ਪੜ੍ਹਾਉਣ ਕਿਵੇਂ ਲੱਗ ਗਿਆ? ਪਹਿਲਾ ਸਵਾਲ ਤੇ ਇੱਥੇ ਖੜਾ ਹੋ ਜਾਂਦਾ। ਪੰਡਿਤ ਜਿਹੜਾ ਸਾਰਿਆਂ ਦੇ ਨਾਲ ਉਹ ਉੱਚੀ ਜਾਤ ਦੇ ਲੋਕਾਂ ਨੂੰ ਪੜ੍ਹਾਉਂਦਾ ਹੈ ਜਿਹੜੇ ਉਹਦੇ ਬਰਾਬਰ ਬੈਠ ਸਕਦੇ ਹੋਣ, ਦੂਜਿਆਂ ਨੂੰ ਪੜ੍ਹਾਉਂਦਾ ਨਹੀਂ। ਤੇ ਸਾਖੀ ਇਹ ਜੋੜੀ ਗਈ ਕਿ ਪੰਡਿਤ ਨੇ ਕਿਹਾ ਵੀ ਕਾਕਾ ਓਮ ਲਿਖ। ਕਹਿੰਦੇ ਨਾਮਦੇਵ ਨੇ ਓਮ ਨਹੀਂ ਲਿਖਿਆ, ਉਹਨਾਂ ਨੇ ਵਿਸ਼ਟਲ ਲਿਖ ਦਿੱਤਾ ਵੀ ਮੇਰਾ ਤੇ ਵਿਠਲ ਹੈ। ਹੁਣ ਇਹੀ ਸਾਖੀ ਗੁਰੂ ਨਾਨਕ ਸਾਹਿਬ ਨਾਲ ਜੁੜੀ ਗਈ, ਇਹੀ ਸਾਖੀਆਂ ਹੋਰ ਜਿਵੇਂ ਜਿਵੇਂ ਗੁਰੂ ਸਾਹਿਬਾਨਾਂ ਦੇ ਨਾਲ ਉਹਨਾਂ ਦਾ ਜੀਵਨ ਘੜਿਆ ਗਿਆ, ਉਹ ਚੀਜ਼ਾਂ ਸਾਨੂੰ ਮਿਲਦੀਆਂ ਗਈਆਂ। ਖੈਰ ਜਦੋਂ ਭਗਤ ਨਾਮਦੇਵ ਜੀ ਇਹ ਗੱਲ ਕਹਿ ਰਹੇ ਨੇ ਆਪਣੀ ਬਾਣੀ ਦੇ ਵਿੱਚ, ਸਾਰੇ ਸਰੀਰਾਂ 'ਚ ਰੱਬ ਬੋਲ ਰਿਹਾ, ਰੱਬ ਤੋਂ ਬਿਨਾਂ ਕੋਈ ਨਹੀਂ ਬੋਲ ਰਿਹਾ। ਆਪਾਂ ਇੱਕ ਦਿਨ ਪਹਿਲਾਂ ਦੀਵਾਨ ਵਿੱਚ ਸਮਝਿਆ ਸੀ ਵੀ ਬੋਲਣਾ ਕੀ ਹੈ। ਤੁਹਾਨੂੰ ਜਿਨ੍ਹਾਂ ਨੇ ਉਹ ਅਟੈਂਡ ਕੀਤਾ ਹੋਏਗਾ ਦੀਵਾਨ, ਤੁਹਾਨੂੰ ਚੇਤਾ ਹੋਏਗਾ, ਬੋਲਣ ਦਾ ਅਰਥ ਸੀ ਨਿਯਮ ਦੇ ਰੂਪ ਦੇ ਵਿੱਚ ਸਾਰਿਆਂ ਦੀ ਬੋਲਣ ਸੱਤਾ ਇੱਕੋ ਢੰਗ ਦੀ ਹੈ। ਜ਼ਬਾਨ ਦੇ ਰਾਹੀਂ ਬੋਲਿਆ ਜਾਂਦਾ ਹੈ, ਕੰਨ ਦੇ ਰਾਹੀਂ ਸੁਣਿਆ ਜਾਂਦਾ ਹੈ, ਅੱਖਾਂ ਦੇ ਰਾਹੀਂ ਦੇਖਿਆ ਜਾਂਦਾ ਹੈ, ਹੱਥਾਂ ਦੇ ਰਾਹੀਂ ਕੀਤਾ ਜਾਂਦਾ ਹੈ, ਪੈਰਾਂ ਦੇ ਰਾਹੀਂ ਤੁਰਿਆ ਜਾਂਦਾ ਹੈ, ਦਿਲ ਦੀ ਧੜਕਣ, ਸਾਹ ਦਾ ਪ੍ਰੋਸੈਸ, ਬਲੱਡ ਸਰਕੂਲੇਸ਼ਨ, ਜਿੱਦਾਂ ਸਾਰਾ ਪ੍ਰੋਸੈਸ ਸਰੀਰ ਦੇ ਵਿੱਚ ਹੈ ਉਹ ਸਾਰਿਆਂ ਦਾ ਇੱਕੋ ਤਰ੍ਹਾਂ ਦਾ ਹੈ। ਉਹ ਨਿਯਮ ਰੂਪ ਦੇ ਵਿੱਚ ਬੋਲਦਾ ਹੈ। ਤੇ ਜੇ ਨਿਯਮ ਰੂਪ ਦੇ ਵਿੱਚ ਬੋਲਦਾ ਹੈ, ਇਹਦਾ ਮਤਲਬ ਕਿਹੜੇ ਰਾਮ ਦੀ ਗੱਲ ਕਰ ਰਹੇ ਨੇ? ਭਗਤ ਨਾਮਦੇਵ ਜੀ ਜਦੋਂ ਬਾਣੀ 'ਚ ਇਹ ਗੱਲ ਕਹਿੰਦੇ ਨੇ ਕਿ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ, ਉਹ ਕਿਹਦੀ ਗੱਲ ਕਰਦੇ ਨੇ? ਵੀ ਹਿੰਦੂ ਕਹਿੰਦਾ ਵੀ ਮੈਂ ਦੇਹੁਰਾ ਪੂਜਦਾ, ਤੇ ਮੁਸਲਮਾਨ ਕਹਿੰਦਾ ਮੈਂ ਮਸੀਤ ਦੇ ਵਿੱਚੋਂ ਅੱਲਾ ਦੀ ਬੰਦਗੀ ਕਰਦਾ, ਮੈਨੂੰ ਅੱਲਾ ਮਸੀਤ ਦੇ ਵਿੱਚੋਂ ਲੱਭਦਾ। ਪਰ ਭਗਤ ਨਾਮਦੇਵ ਜੀ ਕਹਿੰਦੇ ਮੈਂ ਦੋਨਾਂ ਨੂੰ ਨਹੀਂ ਪ੍ਰਵਾਨ ਕਰਦਾ, ਨਾ ਮੈਂ ਦੇਹੁਰੇ ਨੂੰ ਮੰਨਦਾ ਤੇ ਨਾ ਮੈਂ ਮਸੀਤ ਨੂੰ ਮੰਨਦਾ, ਮੈਂ ਉਸ ਰੱਬ ਨੂੰ ਮੰਨਦਾ ਜਿਹੜਾ ਜ਼ਰਰੇ ਜ਼ਰਰੇ ਵਿੱਚ ਸਮਾਇਆ ਹੋਇਆ, ਜਿਹੜੇ ਹਰ ਸਰੀਰ ਦੇ ਵਿੱਚ ਬੈਠਾ ਹੋਇਆ। ਹੁਣ ਉਹ ਹੈ ਨਿਯਮ ਦੇ ਰੂਪ ਦੇ ਵਿੱਚ, ਰੂਲ ਦੇ ਰੂਪ ਦੇ ਵਿੱਚ। ਇੱਕ ਸ਼ਬਦ ਭਗਤ ਨਾਮਦੇਵ ਜੀ ਦਾ ਹੋਰ ਹੈ, ਦੋ ਸ਼ਬਦ ਜਿਹੜੇ ਮੈਂ ਆਪ ਜੀ ਦੀ ਸੇਵਾ 'ਚ ਰੱਖਣੇ ਨੇ। ਬੜੀਆਂ ਵਧੀਆ ਐਗਜ਼ਾਮਪਲਸ ਉਹਨਾਂ ਨੇ ਦਿੱਤੀਆਂ ਨੇ ਵੀ ਰੱਬ ਰਮਿਆ ਹੋਇਆ ਪਰ ਉਹਨੂੰ ਦੇਖਿਆ ਨਹੀਂ ਜਾ ਸਕਦਾ। ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਤੁਸੀਂ ਪੰਛੀ ਦੇਖੋਗੇ ਅਸਮਾਨ ਵਿੱਚ ਉੱਡਦੇ, ਪੰਛੀ ਦਿਸੇਗਾ ਪਰ ਪੰਛੀ ਦਾ ਰਸਤਾ ਨਹੀਂ ਦੇਖ ਸਕਦੇ। ਪਾਣੀ ਦੇ ਵਿੱਚ ਮੱਛੀ ਤਰਦੀ ਨਜ਼ਰ ਆਏਗੀ ਪਰ ਮੱਛੀ ਦਾ ਜਿਹੜਾ ਰਸਤਾ ਹੈ ਉਹ ਅੱਖ ਦੇ ਰਾਹੀਂ ਦੇਖਿਆ ਨਹੀਂ ਜਾ ਸਕਦਾ, ਵੀ ਉਹਦੀ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ ਵੀ ਕਿੱਥੋਂ ਲੰਘ ਕੇ ਗਈ ਹੈ ਮੱਛੀ। ਇੱਦਾਂ ਦੀਆਂ ਐਗਜ਼ਾਮਪਲਾਂ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਦਿੱਤੀਆਂ ਨੇ। ਹੁਣ ਇੱਥੇ ਜਦੋਂ ਕਹਿੰਦੇ ਨੇ ਵੀ ਸਾਰੇ ਸਰੀਰਾਂ 'ਚ ਰੱਬ ਬੋਲ ਰਹੇ ਹੈ, ਜੇ ਤਾਂ ਆਪਾਂ ਪਰੰਪਰਾਵਾਦੀ ਮਨੌਤ ਲੈ ਕੇ ਚੱਲੀਏ ਜੀ ਸਾਰੇ ਕੁਛ ਰੱਬ ਹੀ ਕਰਾ ਰਹੇ ਹੈ, ਫਿਰ ਜਦੋਂ ਕੋਈ ਸਾਨੂੰ ਗਾਲਾਂ ਕੱਢ ਦਿੰਦਾ ਹੈ, ਉੱਚਾ ਨੀਵਾਂ ਬੋਲ ਦਿੰਦਾ ਹੈ, ਉਦੋਂ ਨਹੀਂ ਆਪਾਂ ਕਹਿੰਦੇ ਵੀ ਉਹਦੇ ਰੱਬ ਹੀ ਬੋਲ ਰਿਹਾ ਜੀ, ਇਹਦੇ 'ਚ ਰੱਬ ਨੇ ਕਢਾਈਆਂ ਹੋਣੀਆਂ ਗਾਲਾਂ। ਇੱਦਾਂ ਤਾਂ ਨਹੀਂ ਕਹਿੰਦੇ ਆਪਾਂ, ਉਹਦਾ ਮੂੰਹ ਤੋੜ ਮੈਂ ਜਵਾਬ ਦੇਣ ਦੀ ਗੱਲ ਕਰਦੇ ਵੀ ਕੱਢ ਕਿਵੇਂ ਗਿਆ, ਉਹ ਤੋਂ ਰੱਬ ਗਾਇਬ ਹੈ। ਪਰ ਜਦੋਂ ਆਪਣੀ ਜ਼ਿੰਮੇਵਾਰੀ ਨਾ ਲੈਣੀ ਹੋਵੇ ਬੰਦਾ ਕਹਿੰਦਾ ਜੀ ਸਾਰਾ ਹੀ ਕੁਛ ਰੱਬ ਕਰਦਾ ਜੀ, ਬੰਦਾ ਤਾਂ ਕੁਛ ਵੀ ਨਹੀਂ ਕਰਦਾ। ਪਰ ਬਾਣੀ ਇਹ ਕਹਿੰਦੀ ਆ ਵੀ ਮਨੁੱਖ ਜ਼ਿੰਮੇਵਾਰ ਹੋਏ
ਤੇ ਜ਼ਿੰਮੇਵਾਰ ਮਨੁੱਖ ਦੇ ਜੀਵਨ ਦੇ ਵਿੱਚੋਂ ਉਹਦੇ ਨਿਯਮਾਂ ਦੇ ਰਾਹੀਂ ਉਹਦੇ ਕਰਮ ਝਲਕਣਗੇ। ਉਹਨਾਂ ਨੇ ਬਾਣੀ ਵਿੱਚ ਇਗਜ਼ਾਮਪਲ ਦਿੱਤੀ, ਹੁਣ ਸਾਡਾ ਰੌਲਾ ਕੀ ਹੈ? ਉਦੋਂ ਵੀ ਇਹ ਰੌਲਾ ਸੀ, ਕਹਿੰਦੇ ਕੋਈ ਬੋਲੇ ਨਿਰਵਾ, ਅੱਧੇ ਲੋਕੀ ਕਹਿੰਦੇ ਵੀ ਰੱਬ ਨੇੜੇ ਹੈ, ਕਹਿੰਦੇ ਬਿਲਕੁਲ ਨੇੜੇ ਹੈ, ਪਰ ਕੋਈ ਬੋਲੇ ਦੂਰ, ਕੋਈ ਕਹਿੰਦਾ ਵੀ ਨਹੀਂ ਨਹੀਂ ਰੱਬ ਤੇ ਬੜਾ ਦੂਰ ਹੈ, ਤੁਸੀਂ ਨੇੜੇ ਕਿਵੇਂ ਕਹਿ ਦਿੱਤਾ? ਤੇ ਬਾਣੀ ਵਿੱਚ ਜਦੋਂ ਲਿਖਿਆ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛੁਲੀ ਚਰੇ ਖਜੂਰ। ਭਗਤ ਨਾਮਦੇਵ ਜੀ ਆਪਣਾ ਨਜ਼ਰੀਆ ਦੇ ਰਹੇ ਨੇ ਵੀ ਮੈਨੂੰ ਇਉਂ ਲੱਗਦਾ ਯਾਰ ਦੱਸੋ ਤੇ ਸਹੀ ਵੀ ਪਾਣੀ ਦੀ ਮੱਛੀ ਖਜੂਰ ਤੇ ਕਿਵੇਂ ਚੜ੍ਹ ਜਾਏਗੀ, ਕੀ ਏਦਾਂ ਹੋ ਸਕਦਾ? ਕਹਿੰਦੇ ਫਿਰ ਤੁਸੀਂ ਕਿਵੇਂ ਅੰਦਾਜ਼ਾ ਲਾ ਲਿਆ? ਜਿਹਨੇ ਨੇੜੇ ਕਿਹਾ ਉਹ ਦੱਸੇ ਕਿਵੇਂ ਨੇੜੇ ਹੈ, ਤੇ ਜਿਹੜਾ ਕਹਿੰਦਾ ਵੀ ਨਹੀਂ ਰੱਬ ਦੂਰ ਹੈ ਉਹ ਕਹਿੰਦਾ ਵੀ ਦੱਸ, ਤੂੰ ਦੱਸ ਭਾਈ ਕਿਵੇਂ ਦੂਰ ਹੈ? ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛੁਲੀ ਚਰੇ ਖਜੂਰ। ਰਾਹੋ ਵਾਲੇ ਬੰਦ ਚ ਕਹਿੰਦੇ ਨੇ ਕਾਏ ਰੇ ਬਕਵਾਦ ਲਾਇਓ, ਕਹਿੰਦੇ ਤੁਸੀਂ ਬਕਵਾਸ ਕਰਦੇ ਹੋ ਸਾਰੇ, ਜਿਨ ਹਰ ਪਾਇਓ ਤਿਨੈ ਛਪਾਇਓ, ਕਹਿੰਦੇ ਜਿਹਨੇ ਉਹਦੇ ਨਿਯਮਾਂ ਨੂੰ ਸਮਝ ਲਿਆ ਉਹ ਇਹਨਾਂ ਬਹਿਸ ਮੁਬਹਿਸਿਆਂ ਦੇ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦਾ, ਉਹਦੇ ਨਿਯਮਾਂ ਨੂੰ ਫੋਲੋ ਕਰਕੇ ਜ਼ਿੰਦਗੀ ਜਿਉਣ ਵਾਲੇ ਪਾਸੇ ਤੁਰ ਪੈਂਦਾ। ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਪੰਡਿਤ ਹੋਏ ਕਹਿ ਵੇਦ ਵਿਖਾਲੈ, ਕਹਿੰਦੇ ਤੂੰ ਪੰਡਿਤ ਹੋ ਗਿਆ, ਤੂੰ ਵੇਦਾਂ ਦੀ ਵਿਚਾਰ ਲੋਕਾਂ ਨੂੰ ਦੱਸਦਾ, ਵਿਆਖਿਆ ਕਰਕੇ ਦੱਸਦਾ ਵੀ ਵੇਦਾਂ 'ਚ ਇਹ ਕੁਛ ਲਿਖਿਆ। ਪੰਡਿਤ ਹੋਏ ਕਹਿ ਵੇਦ ਵਿਖਾਲੈ, ਪਰ ਕਹਿੰਦੇ ਮੂਰਖ ਨਾਮ ਦਿਓ ਰਾਮੈ ਜਾਣੈ, ਕਹਿੰਦੇ ਮੈਂ ਮੂਰਖ ਹੀ ਸਹੀ, ਤੂੰ ਮੈਨੂੰ ਮੂਰਖ ਦੱਸਦਾ ਨਾ ਵੀ ਤੈਨੂੰ ਰੱਬ ਦਾ ਨਹੀਂ ਪਤਾ, ਕਹਿੰਦੇ ਤੇਰੇ ਨਜ਼ਰੀਏ ਦੇ ਵਿੱਚ ਮੈਂ ਮੂਰਖ ਹੀ ਸਹੀ, ਪਰ ਮੈਂ ਮੂਰਖ ਨਾਮਦੇਵ ਨੇ ਰਮੇ ਹੋਏ ਰਾਮ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਚਾਣ ਲਿਆ ਕਿ ਉਹ ਹਰ ਵੇਲੇ ਮੇਰੇ ਨਾਲ ਰਹਿੰਦਾ ਨਿਯਮ ਰੂਪ ਦੇ ਵਿੱਚ। ਜਦੋਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਦਿੰਦੇ ਨੇ, ਫਿਰ ਸਾਨੂੰ ਸਮਝ ਲੈਣਾ ਚਾਹੀਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਆਉਂਦੀ ਹੈ ਉਹ ਤੇ ਬੜੀ ਬਾਅਦ ਦੀ ਗੱਲ ਆਉਂਦੀ। ਜਦੋਂ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰ ਆਪਾਂ ਪੜ੍ਹਦੇ ਹਾਂ ਨਾ, ਉਹਨਾਂ ਨੇ ਬਹੁਤ ਇਮਾਨਦਾਰੀ ਦੇ ਨਾਲ ਬੜੇ ਸੋਹਣੇ ਬਚਨ ਲਿਖੇ। ਕਹਿੰਦੇ ਸਿੱਧਾਂ ਨੇ ਪੁੱਛਿਆ ਮੈਨੂੰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਕ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਕਹਿੰਦੇ ਸਿੱਧ ਮੈਨੂੰ ਪੁੱਛਦੇ ਨੇ ਵੀ ਤੁਸੀਂ ਆਪਣਾ ਘਰ ਕਿਉਂ ਛੱਡ ਦਿੱਤਾ, ਕੀ ਕਾਰਨ ਸੀ ਤੁਸੀਂ ਉਦਾਸੀ ਹੋ ਗਏ, ਭਾਵ ਆਪਣਾ ਪਰਿਵਾਰ ਛੱਡਿਆ ਤੇ ਉਦਾਸੀਨ ਦਾ ਜਿਹੜਾ ਬਾਣਾ ਪਾ ਕੇ ਤੁਸੀਂ ਸਾਡੇ ਵੱਲ ਨੂੰ ਤੁਰ ਪਏ। ਕਿਸ ਕਾਰਨ ਇਹ ਭੇਖ ਨਿਵਾਸੀ, ਕਿਉਂ ਇੱਦਾਂ ਦਾ ਭੇਖ ਬਣਾ ਲਿਆ ਤੁਸੀਂ ਜੋਗੀਆਂ ਵਾਲਾ, ਕਾਰਨ ਕੀ ਹੈ, ਤੁਸੀਂ ਤੇ ਅਮੀਰ ਬਾਪ ਦੇ ਪੁੱਤ ਹੋ, ਤੁਹਾਨੂੰ ਕੀ ਲੋੜ ਪੈ ਗਈ ਇੱਦਾਂ ਜੰਗਲਾਂ ਵਿੱਚ ਪਹਾੜਾਂ ਵਿੱਚ ਕੰਧਰਾਂ ਵਿੱਚ ਸਾਡੇ ਕੋਲ ਆਉਣ ਦੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਸੌਦਾ ਕੀ ਹੈ ਤੁਹਾਡੇ ਕੋਲ, ਕਿਹੜਾ ਸੌਦਾ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ, ਕਿਉਂ ਕਰ ਸਾਥ ਲੰਘਾਵੋ ਪਾਰੇ, ਕਿਹੜੀ ਐਸੀ ਯੁਗਤੀ ਹੈ ਤੁਹਾਡੇ ਕੋਲ ਵੀ ਜਿਹੜਾ ਤੁਹਾਡਾ ਸਾਥ ਕੀਤਿਆਂ ਬੰਦਾ ਇਹ ਸੰਸਾਰ ਸਮੁੰਦਰ ਤੋਂ ਤਰ ਸਕਦਾ। ਤੇ ਗੁਰੂ ਸਾਹਿਬ ਨੇ ਉਹਦਾ ਆਪਣੇ ਨਜ਼ਰੀਏ ਨਾਲ ਜੋ ਜਵਾਬ ਦਿੱਤਾ, ਕਹਿਣ ਲੱਗੇ ਗੁਰਮੁਖ ਖੋਜਤ ਭਏ ਉਦਾਸੀ, ਮੈਂ ਤੇ ਉਹਨਾਂ ਬੰਦਿਆਂ ਦੀ ਭਾਲ ਵਿੱਚ ਚੱਲਾਂ, ਮੈਂ ਉਹਨਾਂ ਦੀ ਭਾਲ ਵਿੱਚ ਤੁਰਿਆ ਜਿਨ੍ਹਾਂ ਨੇ ਇੱਕ ਰੱਬੀ ਨਿਜ਼ਾਮ ਨੂੰ ਉਹਦੇ ਨਿਯਮ ਨੂੰ ਸਮਝ ਲਿਆ ਤੇ ਗੁਰਮੁਖਤਾਈ ਦਾ ਜੀਵਨ ਜੀ ਰਹੇ ਨੇ। ਗੁਰਮੁਖ ਖੋਜਤ ਭਏ ਉਦਾਸੀ, ਮਾਇਆ ਕੇ ਕਾਰਨ ਭੇਖ ਨਿਵਾਸੀ। ਕਹਿੰਦੇ ਜਿਹੜਾ ਪ੍ਰਭਾਵ ਲੋਕਾਂ ਵਿੱਚ ਦਿੱਤਾ ਜਾ ਰਿਹਾ ਨਾ ਵੀ ਜਿਹੜਾ ਬੰਦਾ ਗ੍ਰਸਥ ਦੇ ਵਿੱਚ ਰਹਿੰਦਾ
ਵੀ ਉਹ ਤੇ ਮਾਇਆ ਵਿੱਚ ਖਚਤ ਰਹਿੰਦਾ, ਉਹ ਰੱਬ ਦਾ ਨਾਂ ਨਹੀਂ ਲੈ ਸਕਦਾ। ਕਹਿੰਦੇ ਵੀ ਉਹਨਾਂ ਦਾ ਇਹ ਭਰਮ ਤੋੜਨ ਵਾਸਤੇ ਵੀ ਮੈਂ ਗ੍ਰਸਤੀ ਵੀ ਹਾਂ, ਮੈਂ ਉਦਾਸੀ ਵੀ ਹਾਂ, ਮੈਂ ਜੋਗੀ ਵੀ ਹਾਂ, ਮੈਂ ਭੋਗੀ ਵੀ ਹਾਂ, ਇਹ ਗੱਲ ਦਾ ਭਰਮ ਤੋੜਨ ਵਾਸਤੇ ਵੀ ਮੈਂ ਪਰਿਵਾਰ 'ਚ ਰਹਿੰਦਾ ਹੋਇਆ ਵੀ ਮੈਂ ਨਿਰੰਕਾਰ ਦੀ ਗੱਲ ਕਰ ਸਕਦਾ। ਕਹਿੰਦੇ ਸਾਚ ਵੱਖਰ ਕੇ ਹਮ ਬਣ ਜਾ ਰਹੇ। ਤੀਜੇ ਸਵਾਲ ਦਾ ਜਵਾਬ, ਕਹਿੰਦੇ ਮੇਰੇ ਕੋਲ ਸੱਚ ਦਾ ਸੌਦਾ ਹੈ। ਨਾਨਕ ਗੁਰਮੁਖ ਉਤਰ ਸਪਾਰੇ, ਇਸ ਗੁਰੂ ਦੇ ਗਿਆਨ ਦੇ ਰਾਹੀਂ ਮਨੁੱਖ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਉਤਰ ਸਕਦਾ। ਹੁਣ ਉਹ ਵਿਚਾਰ ਜਦੋਂ ਗੁਰੂ ਨਾਨਕ ਸਾਹਿਬ ਦੀ ਹੁੰਦੀ ਹੈ, ਉਹ ਕਹਿੰਦੇ ਵੀ ਮੈਂ ਗੁਰਮੁਖਾਂ ਦੀ ਖੋਜ ਵਾਲੇ ਪਾਸੇ ਤੁਰਿਆ। ਪਰ ਭਗਤ ਨਾਮਦੇਵ ਜੀ ਵੇਲੇ ਜਿਹੜੀਆਂ ਗੱਲਾਂ ਭਗਤ ਨਾਮਦੇਵ ਜੀ ਨੇ ਕਹਿ ਦਿੱਤੀਆਂ, ਉਹ ਗੱਲਾਂ ਦੇ ਉਸ ਸਮੇਂ ਦੇ ਵਿੱਚ ਕਿੰਨੇ ਵੱਡੇ ਮਾਇਨੇ ਹੋਣਗੇ ਜਦੋਂ ਕੋਈ ਵੀ ਭਗਤ ਨਾਮਦੇਵ ਦੀ ਗੱਲ ਸੁਣਨ ਵਾਲਾ ਨਹੀਂ। ਉਹਨਾਂ ਨੂੰ ਕਿਹਾ ਜਾਂਦਾ, ਤੂੰ ਨੀਵੀਂ ਜਾਤ ਹੈ, ਤੂੰ ਤੇ ਸਾਡੇ ਵਿੱਚ ਬਹਿ ਕੇ ਗੱਲ ਨਹੀਂ ਕਰ ਸਕਦਾ, ਤੂੰ ਸਾਡੇ ਮੰਦਰ ਦੇ ਵਿੱਚ ਧਰਮ ਸਥਾਨ ਦੇ ਵਿੱਚ ਨਹੀਂ ਆ ਸਕਦਾ। ਗੱਲ ਕੀ ਸੀ? ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਮੈਂ ਨਾ ਤੁਹਾਡੇ ਦੇਵੇ ਦਾ ਮੁਹਤਾਜ ਹਾਂ, ਤੇ ਨਾ ਮੈਂ ਤੁਹਾਡੀ ਮਸੀਤ ਦਾ ਮੁਹਤਾਜ ਹਾਂ। ਨਾਮੇ ਸੋਈ ਸੇਵਿਆ ਜੇ ਦੇਵਰਾ ਨਾ ਮਸੀਤ। ਕਹਿੰਦੇ ਨਾ ਮੈਂ ਦੇਵਰੇ ਨੂੰ ਮੰਨਦਾ, ਨਾ ਮਸੀਤ ਨੂੰ, ਮੈਂ ਤੇ ਉਹਨੂੰ ਮੰਨਦਾ ਜਿਹੜਾ ਘੱਟ ਘੱਟ ਦੇ ਵਿੱਚ ਰਮਿਆ ਹੋਵੇ। ਉਸੇ ਦਾ ਇਗਜ਼ਾਮਪਲ ਇਸ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਦੇ ਰਹੇ ਨੇ, ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਭਾਵ ਸਾਰੀ ਮਨੁੱਖਤਾ ਦੇ ਵਿੱਚ ਉਸ ਰੱਬੀ ਨਿਯਮ ਨੇ ਜਿਹੜਾ ਇੱਕ ਪ੍ਰੋਸੈਸ ਤੋਰਿਆ ਹੋਇਆ ਜਿਹਦੇ ਰਾਹੀਂ ਬੰਦਾ ਬੋਲਦਾ ਹੈ, ਸੁਣਦਾ ਹੈ, ਵੇਖਦਾ ਹੈ, ਉਹ ਸਾਰਿਆਂ ਵਿੱਚ ਬਰਾਬਰ ਹੈ। ਇਹ ਨਹੀਂ ਵੀ ਕੋਈ ਬੰਦਾ ਕੰਨ ਰਾਹੀਂ ਦੇਖਦਾ ਹੋਏ, ਅੱਖਾਂ ਰਾਹੀਂ ਸੁਣਦਾ ਹੋਏ, ਇੱਦਾਂ ਨਹੀਂ। ਹਰ ਇੱਕ ਨੂੰ ਇੱਕ ਪ੍ਰੋਸੈਸ ਦੇ ਵਿੱਚ ਇੱਦਾਂ ਅੱਖਾਂ ਰਾਹੀਂ ਦੇਖਣਾ, ਕੰਨਾਂ ਰਾਹੀਂ ਸੁਣਨਾ, ਜ਼ਬਾਨ ਰਾਹੀਂ ਬੋਲਣਾ, ਉਹ ਸਾਰਿਆਂ ਵਿੱਚ ਨਿਯਮ ਬਰਾਬਰ ਹੈ। ਉਸ ਰੂਪ ਦੇ ਵਿੱਚ ਉਹ ਸਾਰਿਆਂ ਸਰੀਰਾਂ ਦੇ ਵਿੱਚ ਬੋਲ ਰਿਹਾ ਹੈ। ਕਹਿੰਦੇ ਏਕਲ ਮਾਟੀ ਕੁੰਜਰ ਚਿੰਟੀ ਭਾਂਜਨ ਹੈ ਬਹੁ ਨਾਨਾ ਰੇ। ਮਿੱਟੀ ਇੱਕੋ ਹੈ। ਕਹਿੰਦੇ ਜਿਵੇਂ ਘੁਮਿਆਰ ਮਿੱਟੀ ਇੱਕੋ ਹੀ ਲੈਂਦਾ, ਪਰ ਉਸੇ ਮਿੱਟੀ ਦਾ ਉਹ ਕੋਈ ਛੋਟਾ ਬਰਤਨ ਬਣਾ ਦਿੰਦਾ, ਕੋਈ ਵੱਡਾ ਬਣਾ ਦਿੰਦਾ, ਕੋਈ ਦੀਵੜਾ, ਕੋਈ ਉਹਦੇ ਨਾਲੋਂ ਵੱਡਾ ਕੁੱਜਾ, ਕੋਈ ਘੜਾ, ਕੋਈ ਚੱਕਰੀ, ਇੱਦਾਂ ਵੱਖੋ ਵੱਖਰੇ ਭਾਂਡੇ ਬਣਾ ਕੇ ਉਹ ਸਜਾ ਦਿੰਦਾ। ਜਿਵੇਂ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ 'ਚ ਲਿਖਿਆ ਹੈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਕੋਚ ਮਾਟੀ ਕੈ ਭਾਂਡੈ, ਨਾ ਕਛ ਕੋਚ ਕੁੰਭਾਰ। ਸਭ ਮੈਂ ਸੱਚਾ ਏਕੋ ਸੋਈ। ਕਹਿੰਦੇ ਸਾਰਿਆਂ ਵਿੱਚ ਹੀ ਉਹ ਮਾਲਕ ਆਪ ਹੈ। ਉਹ ਸਾਰਿਆਂ ਭਾਂਡਿਆਂ ਵਿੱਚ ਘੁਮਿਆਰ ਦਾ ਨਿਯਮ ਕੰਮ ਕਰ ਰਿਹਾ, ਕਿਉਂਕਿ ਉਹਨੇ ਉਹਨੂੰ ਚੱਕ ਤੇ ਬਣਾਇਆ। ਮਿੱਟੀ ਇੱਕੋ ਬੁੰਦੀ ਹੈ, ਮਿੱਟੀ ਨੂੰ ਬੁੰਦਣ ਦਾ ਤਰੀਕਾ ਇੱਕੋ ਹੀ ਹੈ। ਕਹਿੰਦੇ ਇੱਦਾਂ ਉਹ ਪਰਮਾਤਮਾ ਨੇ ਜਿਹੜਾ ਕੁਦਰਤ ਦਾ ਨਿਯਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੇ ਹਾਥੀ ਨੂੰ ਵੀ ਘੜਿਆ, ਉਹਨੇ ਕੀੜੀ ਨੂੰ ਵੀ ਬਣਾਇਆ, ਸਾਰਿਆਂ ਦੇ ਵਿੱਚ ਉਹਦਾ ਨਿਯਮ ਕੰਮ ਕਰਦਾ। ਜਦੋਂ ਆਪਾਂ ਕਹਿੰਦੇ ਹਾਂ ਨਾ ਵੀ ਪਰਮਾਤਮਾ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ, ਉਹਦੀ ਕੋਈ ਬੋਡੀ ਨਹੀਂ, ਉਹ ਨਿਰੰਕਾਰ ਦਾ ਅਰਥ ਹੀ ਇਹ ਹੈ ਵੀ ਨਾ ਤੁਸੀਂ ਇਹ ਕਹਿ ਸਕਦੇ ਹੋ ਵੀ ਹਾਥੀ ਰੱਬ ਹੈ, ਨਾ ਤੁਸੀਂ ਇਹ ਕਹਿ ਸਕਦੇ ਹੋ ਵੀ ਕੀੜੀ ਰੱਬ ਹੈ, ਪਰ ਇਹ ਜ਼ਰੂਰ ਕਹਿ ਸਕਦੇ ਹੋ ਵੀ ਹਾਥੀ ਵਿੱਚ ਵੀ ਅਤੇ ਕੀੜੀ ਵਿੱਚ ਵੀ ਸਾਰਿਆਂ ਦੇ ਵਿੱਚ ਇੱਕ ਅਕਾਲ ਮੁਰਖ ਦਾ ਉਹ ਕੁਦਰਤ ਦਾ ਨਿਯਮ ਕੰਮ ਕਰ ਰਿਹਾ। ਉਹਦਾ ਆਕਾਰ ਕੋਈ ਨਹੀਂ। ਜੇ ਆਪਾਂ ਆਕਾਰ ਵਿੱਚ ਫਿਕਸ ਕਰ ਦੇਵਾਂਗੇ, ਫਿਰ ਕਹਿੰਦੇ ਵੀ ਉਹ ਆਕਾਰ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਦਿਓਰੇ ਮਸੀਤ ਗੁਰਦੁਆਰੇ ਬਣਾ ਦੇ ਵੀ ਰੱਬ ਇੱਥੇ ਰਹਿੰਦਾ, ਇੱਦਾਂ ਤੁਸੀਂ ਇੱਕ ਸਰੀਰ ਨੂੰ ਰੱਬ ਮੰਨ ਕੇ ਬਹਿ ਜਾਓਗੇ ਵੀ ਰੱਬ ਇੱਥੇ ਹੀ ਹੈ, ਬਾਕੀ ਥਾਵਾਂ 'ਤੇ ਰੱਬ ਹੈ ਹੀ ਨਹੀਂ। ਅਤੇ ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਏਕਲ ਮਾਟੀ ਕੁੰਜਰ ਚਿੰਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਕਹਿੰਦੇ ਸਾਰਿਆਂ 'ਚ ਨਿਯਮ ਰੂਪ ਦੇ ਵਿੱਚ ਉਹ ਸਮਾਇਆ ਹੋਇਆ, ਸਾਰਿਆਂ ਦੇ ਵਿੱਚ ਉਹਦਾ ਨਿਯਮ ਕੰਮ ਕਰਦਾ ਹੈ। ਕੋਈ ਸਰੀਰ, ਕੋਈ ਐਸਾ ਆਕਾਰ ਐਸਾ ਨਹੀਂ ਜਿਹਦੇ ਵਿੱਚ ਉਹਦਾ ਨਿਯਮ, ਉਹਦਾ ਪ੍ਰੋਸੈਸ ਕੰਮ ਨਹੀਂ ਕਰਦਾ।
ਕਹਿੰਦੇ ਏਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਭ ਆਸਾ ਦੇ। ਕਹਿੰਦੇ ਆਪਣੇ ਮਨ ਵਿੱਚ ਇੱਕ ਗੱਲ ਦਾ ਖਿਆਲ ਕਰੋ, ਬਾਕੀਆਂ ਆਸਾਵਾਂ ਛੱਡ ਕੇ ਵੀ ਕੋਈ ਆ ਕੇ ਮੇਰਾ ਕੰਮ ਸਵਾਰੇਗਾ। ਨਿਯਮ ਰੂਪੀ ਰੱਬ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ, ਕਹਿੰਦੇ ਉਹੀ ਤੁਹਾਡੀ ਜ਼ਿੰਦਗੀ ਨੂੰ ਸੌਖਾ ਕਰ ਸਕਦਾ, ਹੋਰ ਕੋਈ ਦੂਜਾ ਹੀ ਨਹੀਂ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਸੌਖਾ ਕਰ ਸਕੇ, ਕਿਉਂਕਿ ਨਿਯਮ ਹੀ ਉਹਦਾ ਤੁਹਾਡੀ ਜ਼ਿੰਦਗੀ ਨੂੰ ਸੌਖਾ ਕਰ ਸਕਦਾ। ਫਿਰ ਕਹਿੰਦੇ ਨੇ ਪ੍ਰਣਵੇ ਨਾਮਾ ਭਏ ਇਹ ਕਾਮਾ ਕੋ ਠਾਕੁਰ ਕੋ ਦਾਸਾ ਦੇ। ਕਹਿੰਦੇ ਜਦੋਂ ਤੂੰ ਆਪਣੇ ਆਪ ਦੇ ਵਿੱਚ ਉਹਦੇ ਨਿਯਮ ਨੂੰ ਸਮਝ ਕੇ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ, ਫਿਰ ਤੇਰੇ ਵਿੱਚ ਤੇ ਰੱਬ ਦੇ ਵਿੱਚ ਫਰਕ ਨਹੀਂ ਰਹਿਣਾ। ਹੁਣ ਭਗਤ ਨਾਮਦੇਵ ਜੀ ਕਹਿ ਰਹੇ ਨੇ ਕੋ ਠਾਕੁਰ ਕੋ ਦਾਸਾ ਦੇ, ਜਦੋਂ ਤੂੰ ਉਹਦੇ ਨਿਯਮ ਵਿੱਚ ਆਪ ਜ਼ਿੰਮੇਵਾਰੀ ਲੈ ਕੇ ਤੂੰ ਸਾਰੇ ਕਾਰਜ ਕਰਨ ਲੱਗ ਪਿਆ, ਫਿਰ ਕਿਹਨੂੰ ਕਹਾਂਗੇ ਵੀ ਤੇਰੇ 'ਚ ਰੱਬ ਹੈ, ਤੂੰ ਰੱਬ ਦਾ ਦਾਸ ਹੈ ਕਿ ਰੱਬ ਤੇਰਾ ਦਾਸ ਹੈ? ਕਹਿੰਦੇ ਦੋਨਾਂ 'ਚ ਫਰਕ ਨਹੀਂ ਰਹਿਣਾ, ਤੁਸੀਂ ਦੋਨੋਂ ਹੀ ਇੱਕਮਿਕ ਹੋ ਜਾਣਾ ਹੈ, ਤੁਹਾਨੂੰ ਜਿਹੜਾ ਪਹਿਚਾਨਣਾ ਮੁਸ਼ਕਲ ਹੋ ਜਾਏਗਾ। ਜਿਹੜਾ ਕੰਮ ਰੱਬ ਤੋਂ ਤੂੰ ਕਰਾਉਣਾ ਚਾਹੁੰਦਾ ਸੀ ਉਹ ਸਾਰੇ ਕੰਮ ਤੂੰ ਆਪ ਕਰਨੇ ਸ਼ੁਰੂ ਕਰ ਦਿੱਤੇ, ਜ਼ਿੰਮੇਵਾਰ ਹੋ ਗਿਆ, ਅਤੇ ਤੇਰੇ ਅਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਰਹਿਣਾ। ਕਹਿੰਦੇ ਮੈਂ ਐਸਾ ਮੰਨਦਾ। ਐਸੀ ਵਿਚਾਰ ਭਗਤ ਨਾਮਦੇਵ ਜੀ ਨੇ ਜਿਹੜਾ ਇਸ ਸ਼ਬਦ ਦੇ ਵਿੱਚ ਦਿੱਤੀ ਹੈ, ਜਿਹੜਾ ਸ਼ਬਦ ਵੀਰ ਜੀ ਨੇ ਪੜ੍ਹਿਆ ਸੀ, ਸਮੇਂ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ, ਅਤੇ ਸਾਰੀਆਂ ਥਾਵਾਂ 'ਤੇ ਉਹ ਆਪ ਹੀ ਰਮਿਆ ਹੋਇਆ। ਫਿਰ ਕਹਿੰਦੇ ਵੀ ਜਿਹੜਾ ਰਮਿਆ ਵੀ ਹੋਇਆ ਨਾ, ਉਹਨਾਂ ਦਾ ਇੱਕ ਸ਼ਬਦ ਹੋਰ ਆਪਾਂ ਨੇ ਵਿਚਾਰਨਾ, ਕੌਣ ਕਹੇ ਕਿਣ ਬੁੱਝੀਏ। ਕਹਿੰਦੇ ਕਿਹੜਾ ਬੰਦਾ ਰੱਬ ਦੇ ਬਾਰੇ ਪੂਰਨ ਤੌਰ 'ਤੇ ਬਿਆਨ ਕਰ ਸਕਦਾ? ਕਹਿੰਦੇ ਮੈਨੂੰ ਦੱਸੋ ਕਿਣ ਕਹੀਏ। ਕਹਿੰਦੇ ਕੌਣ ਕਹਿ ਸਕਦਾ, ਕਿਣ ਬੁੱਝੀਏ। ਰਾ ਮਈਆ ਆਕੁਲ ਰੀ ਬਾਈ, ਕਹਿੰਦੇ ਰੱਬ ਦੀ ਤੇ ਕੋਈ ਕੁੱਲ ਹੀ ਨਹੀਂ, ਕਿਹੜੀ ਕੁੱਲ 'ਚ ਪੈਦਾ ਹੋਇਆ ਰੱਬ? ਕਹਿੰਦੇ ਆਕੁਲ ਹੈ। ਹੁਣ ਜਦੋਂ ਆਪਾਂ ਇੱਕੋ ਓੰਕਾਰ ਦੀ ਗੱਲ ਕਰਦੇ ਹਾਂ ਵੀ ਰੱਬ ਇੱਕੋ ਹੀ ਹੈ, ਜਿਹੜੀ ਵਿਆਖਿਆ ਸਾਨੂੰ ਦਿੱਤੀ ਗਈ ਵੀ ਰੱਬ ਇੱਕ ਹੈ, ਸਾਨੂੰ ਕਿਸੇ ਨੇ ਦੱਸਿਆ ਹੋਏਗਾ ਨਾ ਵੀ ਰੱਬ ਇੱਕ ਹੈ। ਬਾਣੀ 'ਚ ਤਾਂ ਇੱਦਾਂ ਨਹੀਂ ਲਿਖਿਆ ਨਾ ਵੀ ਉੱਥੇ ਰੱਬ ਦੇ ਅਰਥ ਕਰਨੇ ਨੇ ਵੀ ਇੱਕੋ ਓੰਕਾਰ ਦਾ ਅਰਥ ਰੱਬ ਲੈਣਾ ਆਪਾਂ। ਹੁਣ ਭਗਤ ਨਾਮਦੇਵ ਜੀ ਕਹਿ ਰਹੇ ਨੇ ਵੀ ਰਾਮਈਆ ਆਕੁਲ ਰੀ ਬਾਈ, ਵੀ ਜਿਹੜਾ ਮੇਰਾ ਰਾਮ ਰਮਿਆ ਹੋਇਆ ਉਹਦੀ ਕੁੱਲ ਨਹੀਂ ਕੋਈ। ਅਤੇ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਨੂੰ ਕਹਾਂਗੇ ਵੀ ਇਹ ਰੱਬ ਹੈ, ਫਿਰ ਉਦੋਂ ਆਪਾਂ ਕਹਿੰਦੇ ਵੀ ਇਹ ਖੱਤਰੀ ਕੁੱਲ 'ਚ ਜਨਮੇ। ਪਰ ਭਗਤ ਨਾਮ, ਇਹਦਾ ਮਤਲਬ ਭਗਤ ਨਾਮਦੇਵ ਦੀ ਗੱਲ ਵੱਡੀ ਹੋਣੀ ਹੈ ਅਤੇ ਗੁਰੂ ਨਾਨਕ ਸਾਹਿਬ ਦੀ ਗੱਲ ਛੋਟੀ ਹੋ ਜਾਣੀ ਹੈ, ਕਿਉਂਕਿ ਉਹ ਤੁਸੀਂ ਕਹਿ ਰਹੇ ਹੋ ਵੀ ਉਹ ਰੱਬ ਹੈ, ਪਰ ਭਗਤ ਨਾਮਦੇਵ ਜੀ ਕਹਿੰਦੇ ਉਹਦਾ ਕੋਈ ਕੁੱਲ ਹੀ ਨਹੀਂ, ਆ ਕੁੱਲ ਹੈ ਜਿਹਦਾ ਕੋਈ ਕੁੱਲ ਨਹੀਂ। ਜਿੱਦਾਂ ਆਪਾਂ ਹੁਣ ਪਿੱਛੇ ਜੇ ਗੁਰੂ ਰਾਮਦਾਸ ਸਾਹਿਬ ਦਾ ਪੁਰਬ ਮਨਾਇਆ, ਆਪਾਂ ਨੇ ਸਾਹਿਬ ਸੋਢੀ ਰਾਮਦਾਸ ਪੁਰ ਬਾਰ ਬਾਰ ਸੋਢੀ ਕੁੱਲ ਨਾਲ ਜੋੜ ਕੇ ਦੇਖਿਆ ਗਿਆ, ਬਾਰ ਬਾਰ ਇਹ ਕਿਹਾ ਗਿਆ ਵੀ ਦੇਖੋ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਗੁਰੂ ਸਾਹਿਬ ਨੇ ਆਪ ਕਿਤੇ ਬਾਣੀ 'ਚ ਨਹੀਂ ਲਿਖਿਆ, ਆਪਣੇ ਸ਼ਬਦ ਉਹਨਾਂ ਨੇ ਇੰਨੇ ਲਿਖੇ ਨੇ, 30 ਰਾਗਾਂ 'ਚ ਤਕਰੀਬਨ ਉਹਨਾਂ ਦੀ ਬਾਣੀ ਹੈ, ਅਤੇ ਉਸ ਦੇ ਵਿੱਚ ਉਹਨਾਂ ਨੇ ਕਿਤੇ ਨਹੀਂ ਲਿਖਿਆ ਵੀ ਮੈਨੂੰ ਲੋਕ ਇੱਦਾਂ ਰੱਬ ਕਰਕੇ ਪੂਜਦੇ ਸੀ। ਇਹ ਤੇ ਸਿੱਖਾਂ ਨੇ ਤੇ ਸੰਗਤਾਂ ਨੇ ਡਿਸਾਈਡ ਕਰ ਲਿਆ ਵੀ ਇਹਨੂੰ ਰੱਬ ਮੰਨ ਕੇ ਨਮਸਕਾਰ ਕਰਨਾ। ਪਰ ਜੇ ਭਗਤ ਨਾਮਦੇਵ ਜੀ ਗੱਲ ਉੱਥੇ ਫਿਰ ਰੱਖਾਂਗੇ ਆਪਾਂ, ਫਿਰ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਉਹਦਾ ਕੁੱਲ ਕੋਈ ਨਹੀਂ ਭਾਈ, ਕਿਸੇ ਕੁੱਲ ਦੇ ਵਿੱਚ ਜਨਮ ਨਹੀਂ ਉਹ ਲੈਂਦਾ। ਕੌਣ ਕਹੇ ਕਿਣ ਬੁੱਝੀਏ ਰਾਮਈਆ ਆਕੁਲ ਰੀ ਬਾਈ। ਉਹ ਗੱਲ ਇੱਕੋ ਥਾਂ 'ਤੇ ਲੱਗੇਗੀ ਜਦੋਂ ਆਪਾਂ ਨਿਯਮਾਂ ਦੀ ਗੱਲ ਕਰਾਂਗੇ, ਵੀ ਜਿਹੜੇ ਕੁਦਰਤ ਦੇ ਨਿਯਮ ਨੇ ਉਹ ਕਿਸੇ ਨੇ ਨਹੀਂ ਬਣਾਏ, ਉਹ ਆਪਣੇ ਆਪ ਤੋਂ ਸਵੈ ਭੰਗ ਰੂਪ ਦੇ ਵਿੱਚ ਬਣੇ ਨੇ, ਉਹਨਾਂ ਦਾ ਜਿਹੜਾ ਜਨਮਦਾਤਾ ਕੋਈ ਨਹੀਂ। ਆਪਾਂ ਬਾਣੀ ਵਿੱਚੋਂ ਦੂਜਿਆਂ ਨੂੰ ਐਗਜ਼ਾਮਪਲ ਦਿੰਦੇ ਹਾਂ ਵੀ ਤੁਸੀਂ ਜਦੋਂ ਕਹਿੰਦੇ ਹੋ ਨਾ ਵੀ ਕ੍ਰਿਸ਼ਨ ਤੁਹਾਡਾ ਰੱਬ ਹੈ,
ਜੇ ਅਗਲਾ ਸਾਨੂੰ ਕੱਲ ਨੂੰ ਪੁੱਛ ਲਿਆ ਕਿ ਵੀ ਭਗਤ ਨਾਮਦੇਵ ਜੀ ਨੇ ਕਿਹਾ ਵੀ ਆਹ ਕੁੱਲਰੀ ਪਾਈ ਉਹਦਾ ਕੁੱਲੀ ਕੋਈ ਨਹੀਂ, ਤੁਸੀਂ ਕਹਿੰਦੇ ਹੋ ਪੜ੍ਹ ਪੜ੍ਹ ਕੇ ਸੁਣਾਉਂਦੇ ਹੋ ਤੁਮ ਜੋ ਕਹਿ ਤੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ, ਤੁਸੀਂ ਕਹਿੰਦੇ ਹੋ ਵੀ ਜੇ ਜਿਹੜਾ ਨੰਦ ਦਾ ਪੁੱਤਰ ਜਿਹੜਾ ਕ੍ਰਿਸ਼ਨ ਹੈ, ਪਰ ਕਹਿੰਦੇ ਵੀ ਨੰਦ ਕਿਹਦਾ ਪੁੱਤਰ ਹੋਇਆ ਫਿਰ, ਜੇ ਉਹ ਕਿਸੇ ਘਰ ਦੇ ਵਿੱਚ ਕਿਸੇ ਖਾਸ ਕੁੱਲ ਦੇ ਵਿੱਚ ਜਨਮ ਲੈਂਦਾ ਹੈ ਫਿਰ ਤੁਹਾਨੂੰ ਜਵਾਬ ਦੇਣਾ ਪਵੇਗਾ। ਤੇ ਜਦੋਂ ਭਗਤ ਨਾਮਦੇਵ ਜੀ ਇਹ ਗੱਲ ਕਹਿ ਰਹੇ ਨੇ ਸਾਨੂੰ ਸਮਝਣਾ ਪਵੇਗਾ, ਉਹ ਨਿਯਮਾਂ ਦੀ ਗੱਲ ਕਰ ਰਹੇ ਨੇ ਭਾਈ, ਉਹ ਨਿਯਮ ਰੂਪ ਦੇ ਵਿੱਚ ਰਮਿਆ ਹੋਇਆ ਸਾਰੀਆਂ ਥਾਵਾਂ ਤੇ, ਰਾਮ ਮਈਆ ਆਹ ਕੁੱਲਰੀ ਬਾਈ ਉਹਦਾ ਕੋਈ ਕੁੱਲ ਨਹੀਂ, ਉਹ ਕਿਸੇ ਖਾਸ ਕੁੱਲ ਦੇ ਵਿੱਚ ਜਨਮ ਨਹੀਂ ਲੈਂਦਾ, ਜੇ ਉਹ ਜਨਮੇਗਾ ਫਿਰ ਉਹ ਮਰੇਗਾ। ਤੇ ਅੱਗੇ ਭਗਤ ਨਾਮਦੇਵ ਜੀ ਕਹਿੰਦੇ ਨੇ ਮਲੈ ਨਾ ਲਾਛੈ, ਕਹਿੰਦੇ ਉਹਨੂੰ ਮੈਲ ਨਹੀਂ ਲੱਗਦੀ, ਮਲੈ ਨਾ ਲਾਛੈ, ਲਾਛੈ ਕਹਿੰਦੇ ਨੇ ਲਾਂਛਣ, ਕਿਸੇ ਦੇ ਉੱਤੇ ਕੋਈ ਦਾਗ ਲੱਗ ਜਾਣਾ, ਕਿਸੇ ਦੇ ਕਰੈਕਟਰ ਦੇ ਉੱਪਰ ਕੋਈ ਦਾਗ ਲੱਗ ਜਾਣਾ, ਜਿਵੇਂ ਕੱਪੜੇ ਤੇ ਕੋਈ ਦਾਗ ਲੱਗ ਜਾਂਦਾ, ਕਹਿੰਦੇ ਮੇਰਾ ਜਿਹੜਾ ਰੱਬ ਹੈ ਨਾ ਜਿਹਨੂੰ ਮੈਂ ਰੱਬ ਮੰਨਦਾ, ਭਗਤ ਨਾਮਦੇਵ ਜੀ ਕਹਿੰਦੇ ਮਲੈ ਨਾ ਲਾਛੈ, ਕਹਿੰਦੇ ਉਹਨੂੰ ਨਾ ਮੈਲ ਲੱਗਦੀ ਹੈ, ਨਾ ਉਹਦੇ 'ਤੇ ਕੋਈ ਲਾਂਛਣ ਲਾ ਸਕਦਾ ਵੀ ਇਹ 'ਤੇ ਕਰੈਕਟਰ ਦਾ ਗਿਰਿਆ ਹੋਇਆ, ਨਾ ਉਹਨੂੰ ਕੋਈ ਵਡਿਆਈ ਦੇ ਸਕਦਾ ਵੀ ਇਹਦੇ ਕਰੈਕਟਰ ਦਾ ਬਹੁਤ ਉੱਚਾ, ਦੋਨੋਂ ਪਾਸੇ ਉਹ ਗੱਲ ਨਹੀਂ ਲੱਗਦੀ, ਨਾ ਵਡਿਆ ਸਕਦਾ ਅਤੇ ਨਾ ਉਹਨੂੰ ਨੀਵਾਂ ਦਿਖਾ ਸਕਦਾ। ਭਗਤ ਨਾਮਦੇਵ ਜੀ ਕਹਿੰਦੇ ਮੇਰਾ ਰੱਬ ਜਿਹੜਾ ਨਿਯਮ ਰੂਪ ਦੇ ਵਿੱਚ ਰਮਿਆ ਹੋਇਆ, ਮਲੈ ਨਾ ਲਾਛੈ ਪਾਰ ਮਲੋ, ਪਾਰ ਮਲੋ ਕਹਿੰਦੇ ਨੇ ਮੈਲ ਤੋਂ ਰਹਿਤ, ਜਿਹੜੀ ਮੈਲ ਉਹਨੂੰ ਲੱਗ ਹੀ ਨਹੀਂ ਸਕਦੀ। ਪਰਮ ਲਿਓ ਬੈਠੋ ਰੀ ਆਈ, ਪਰਮ ਲਿਓ ਕਹਿੰਦੇ ਨੇ ਸੁਗੰਧੀ, ਕਹਾ ਇਹ ਜ਼ਰੂਰ ਹੈ, ਨਾ ਉਹਨੂੰ ਮੈਲ ਲੱਗਦੀ ਹੈ, ਨਾ ਉਹਨੂੰ ਲਾਂਛਣ ਲੱਗਦਾ, ਨਾ ਉਹਨੂੰ ਕੋਈ ਮੈਲਾ ਗੰਦਾ ਕਰ ਸਕਦਾ, ਪਰ ਇੱਕ ਗੱਲ ਪੱਕੀ ਹੈ, ਕਹਿੰਦੇ ਸੁਗੰਧੀ ਦੀ ਤਰ੍ਹਾਂ ਰਮਿਆ ਸਾਰਿਆਂ ਵਿੱਚ ਹੈ, ਉਹ ਬੈਠਿਆ ਸਾਰਿਆਂ ਵਿੱਚ ਹੈ, ਪਰ ਸੁਗੰਧੀ ਜਿਵੇਂ ਦਿਸਦੀ ਨਹੀਂ ਨਾ, ਕਹਿੰਦੇ ਇੱਦਾਂ ਉਹ ਦਿਸਦਾ ਨਹੀਂ, ਉਹ ਨਿਯਮ ਰੂਪ ਦੇ ਵਿੱਚ ਕੰਮ ਕਰ ਰਿਹਾ ਸਾਰਿਆਂ ਦੇ ਵਿੱਚ। ਪਰਮ ਲਿਓ, ਪਰਮ ਲਿਓ ਕਹਿੰਦੇ ਨੇ ਸੁਗੰਧੀ, ਬੈਠੋ ਰੀ ਆਈ, ਉਹ ਸਾਰਿਆਂ 'ਚ ਬੈਠਾ ਨਿਯਮ ਰੂਪ ਦੇ ਵਿੱਚ ਕੰਮ ਕਰ ਰਿਹਾ, ਭਾਵ ਸਾਰੇ ਨਿਯਮ ਦੇ ਵਿੱਚ ਉਹ ਰਮਿਆ ਹੋਇਆ, ਪੂਰੇ ਬ੍ਰਹਿਮੰਡ ਵਿੱਚ ਉਹਦਾ ਨਿਯਮ ਕੰਮ ਕਰ ਰਿਹਾ, ਕੋਈ ਦੂਜਾ ਨਹੀਂ। ਫਿਰ ਕਹਿੰਦੇ ਇੱਕ ਸਵਾਲ ਮੇਰਾ ਹੋਰ ਹੈ, ਕਹਿੰਦੇ ਮੈਨੂੰ ਦੱਸੋ ਕਿਸੇ ਨੇ ਆਉਂਦਾ ਦੇਖਿਆ, ਆਵਤ ਕਿਨੈ ਨਾ ਵੇਖਿਓ, ਕਹਿੰਦੇ ਦੱਸੋ ਫਿਰ, ਚਲੋ ਮੈਂ ਇਹਨਾਂ ਨੂੰ ਤੁਹਾਡੇ ਰੱਬ ਦੀ ਗੱਲ ਕਰਦਾ, ਕਹਿੰਦੇ ਮੈਂ ਦੱਸੋ ਤੁਸੀਂ ਆਪਣਾ ਰੱਬ ਕਦੇ ਆਉਂਦਾ ਵੇਖਿਆ, ਆਵਤ ਕਿਨੈ ਨਾ ਵੇਖਿਓ, ਕਵਣੈ ਜਾਣੈ ਨੀ ਬਾਈ, ਕਹਿੰਦੇ ਹੱਦ ਹੋ ਗਈ, ਜੇ ਤੇ ਆਉਂਦਾ ਵੇਖਿਆ ਮੈਨੂੰ ਦੱਸ ਦਿਓ ਵੀ ਕਿੱਦਾਂ ਆਇਆ ਸੀ, ਤੇ ਜਿਨ੍ਹਾਂ ਨੇ ਦੱਸਿਆ ਸੀ ਨਾ ਵੀ ਨਾਮਦੇਵ ਆਓ ਤੁਹਾਨੂੰ ਦੱਸਦੇ ਹਾਂ ਸਾਡਾ ਰੱਬ ਕਿਵੇਂ ਆਉਂਦਾ। ਫਿਰ ਭਗਤ ਨਾਮਦੇਵ ਜੀ ਨੇ ਕਿਹਾ ਸੀ, ਕਹਿਣ ਲੱਗੇ ਵੀ ਮੈਂ ਜਿਹੜੇ ਤੁਸੀਂ ਰੱਬ ਦੀ ਗੱਲ ਕਰਦੇ ਹੋ ਵੀ ਧੌੜੇ ਚੜ੍ਹਦ ਬੜੇ ਚੜ੍ਹਿਆ ਆਵਤ ਦੇਖਿਆ ਥਾ, ਤੂੰ ਉਹਦੇ ਬਾਰੇ ਹੀ ਉਹਦੀ ਇਨਸਲਟ ਕਰੀ ਜਾਂਦਾ ਵੀ ਉਹਨੇ ਜਿਹੜਾ ਕਿਸੇ ਦਾ ਲੜਕਾ ਮਾਰ ਦਿੱਤਾ ਸੀ, ਤੁਸੀਂ ਆਪ ਹੀ ਕਹਿੰਦੇ ਹੋ ਵੀ ਉਹਨੇ ਇਸ ਢੰਗ ਦੇ ਨਾਲ ਦੂਜੇ ਦਾ ਨੁਕਸਾਨ ਕਰ ਦਿੱਤਾ ਸੀ, ਤੇ ਉਹਦੀ ਫਿਰ ਜੱਟ ਨੇ ਜਿਹੜੀ ਹੈ ਤੂੰ ਗਾਇਤਰੀ ਦਾ ਪਾਠ ਕਰਦਾ, ਤੂੰ ਇਸ ਢੰਗ ਨਾਲ ਮੰਨਦਾ ਵੀ ਆਇਆ ਸੀ ਰੱਬ, ਕਹਿੰਦੇ ਮੈਂ ਨਹੀਂ ਮੰਨਦਾ, ਮੈਨੂੰ ਨਹੀਂ ਚਾਹੀਦਾ ਇੱਦਾਂ ਦਾ ਰੱਬ, ਪਰ ਕਹਿੰਦੇ ਮੈਂ ਤੈਨੂੰ ਸਵਾਲ ਕਰਦਾ, ਮੈਨੂੰ ਇੰਨਾ ਕੁ ਦੱਸ, ਕਹਿੰਦੇ ਆਵਤ ਕਿਨੈ ਨਾ ਵੇਖਿਓ, ਕਿਸੇ ਨੇ ਨਹੀਂ ਵੇਖਿਆ ਵੀ ਰੱਬ ਆਉਂਦਾ ਕਿਵੇਂ ਹੈ, ਜਿਹੜੇ ਰੱਬ ਦੀ ਤੂੰ ਗੱਲ ਕਰਦਾ, ਤੇ ਕਹਿੰਦੇ ਕਵਣੇ ਜਾਣੇ ਰੀ ਬਾਈ, ਨਾ ਕੋਈ ਇੱਦਾਂ ਜਾਣਦਾ ਵੀ ਉਹਦਾ ਪ੍ਰੋਸੈਸ ਕੀ ਹੈ ਵੀ ਕਿੱਦਾਂ ਆਉਂਦਾ ਤੇ ਕਿਵੇਂ ਜਾਂਦਾ। ਫਿਰ ਅੱਗੇ ਉਹਨਾਂ ਨੇ ਦੋ ਕੁ ਐਗਜ਼ਾਮਪਲਾਂ ਦਿੱਤੀਆਂ ਬੜੀਆਂ ਸੌਖੀਆਂ, ਕਹਿੰਦੇ ਜਿਉਂ ਆਕਾਸ਼ੈ ਪੰਖੀ ਅਲੋ, ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਪੰਛੀ ਉੱਡਦੇ ਨੇ ਨਾ, ਉਹ ਪੰਛੀ ਉੱਡਦੇ ਤੇ ਨਜ਼ਰ ਆਉਂਦੇ ਨੇ ਪਰ ਉਹਨਾਂ ਦਾ ਰਸਤਾ ਨਹੀਂ, ਅੱਖ ਦੇ ਨਾਲ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ ਵੀ ਇੱਥੇ ਇਸ ਰਸਤੇ ਤੋਂ ਪੰਛੀ ਉੱਡ ਕੇ ਗਏ।
ਪੰਛੀ ਉੱਡ ਰਿਹਾ ਹੈ, ਭਾਵ ਉਹਦਾ ਨਿਯਮ ਕੰਮ ਕਰ ਰਿਹਾ ਸਾਡੇ ਸਰੀਰਾਂ ਦੇ ਰੂਪ ਦੇ ਵਿੱਚ, ਪਰ ਉਹਨੂੰ ਜਿਵੇਂ ਆਕਾਸ਼ ਦਾ ਰਸਤਾ ਨਹੀਂ ਵੇਖਿਆ ਜਾ ਸਕਦਾ, ਏਦਾਂ ਉਹਨੂੰ ਕਿਸੇ ਆਕਾਰ ਵਿੱਚ ਦੇਖਿਆ ਨਹੀਂ ਜਾ ਸਕਦਾ ਵੀ ਏਦਾਂ ਉਹ ਕੰਮ ਕਰਦਾ ਹੈ। ਪੰਛੀ ਉੱਡਦਾ ਨਜ਼ਰ ਆ ਰਿਹਾ ਹੈ ਪਰ ਉਹਦਾ ਰਸਤਾ ਨਹੀਂ ਵੇਖਿਆ ਜਾ ਸਕਦਾ। ਕਹਿੰਦੇ ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ, ਉਹਦਾ ਰਸਤਾ ਕਿਹੜੇ ਰਸਤੇ ਤੋਂ ਗਿਆ ਹੈ ਉਹਦੀ ਖੋਜ ਨਹੀਂ ਕੀਤੀ ਜਾ ਸਕਦੀ। ਫਿਰ ਅੱਗੇ ਕਹਿੰਦੇ ਨੇ ਜਿਉਂ ਜਲ ਮਾਝੈ ਮਾਛਲੋ, ਕਹਿੰਦੇ ਜਿਵੇਂ ਪਾਣੀ 'ਚ ਮੱਛੀ ਤੈਰਦੀ ਹੈ, ਮੱਛੀ ਨਜ਼ਰ ਆਉਂਦੀ ਹੈ, ਪਾਣੀ ਨਜ਼ਰ ਆਉਂਦਾ ਹੈ, ਪੰਛੀ ਨਜ਼ਰ ਆਉਂਦਾ ਹੈ, ਆਕਾਸ਼ ਨਜ਼ਰ ਆਉਂਦਾ ਹੈ, ਪਰ ਉਹ ਜਿਸ ਰਸਤੇ ਰਾਹੀਂ ਜਾਂਦਾ ਹੈ ਉਹ ਰਸਤਾ ਨਜ਼ਰ ਨਹੀਂ ਆਉਂਦਾ। ਪਾਣੀ ਦਿਸਦਾ, ਮੱਛੀ ਦਿਸਦੀ ਹੈ, ਸੰਸਾਰ ਦਿਸਦਾ, ਅਸੀਂ ਦਿਸਦੇ ਹਾਂ, ਪਰ ਸਾਡੇ ਵਿੱਚ ਜਿਵੇਂ ਉਹ ਨਿਯਮ ਰੂਪ ਦੇ ਵਿੱਚ ਕੰਮ ਕਰ ਰਿਹਾ ਉਹ ਚੀਜ਼ ਨਹੀਂ ਦੇਖੀ ਜਾ ਸਕਦੀ। ਕਹਿੰਦੇ ਜਿਵੇਂ ਮੱਛੀ ਨਜ਼ਰ ਆਉਂਦੀ ਹੈ, ਪਾਣੀ ਨਜ਼ਰ ਆਉਂਦਾ, ਪਰ ਪਾਣੀ ਵਿੱਚ ਜਿਵੇਂ ਉਹ ਤੈਰਦੀ ਹੈ, ਜਿਸ ਰਸਤੇ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੀ ਹੈ, ਉਹ ਰਸਤਾ ਨਿਸ਼ਾਨਦੇਹੀ ਕਰਕੇ ਦੱਸਿਆ ਨਹੀਂ ਜਾ ਸਕਦਾ ਵੀ ਇੱਥੇ ਕੋ ਲੰਘ ਕੇ ਗਈ ਹੈ। ਕਹਿੰਦੇ ਜਿਉਂ ਜਲ ਮਾਝੈ ਮਾਛਲੋ, ਮਾਰਗ ਪੇਖਣ ਉਹ ਨਾ ਜਾਈ, ਕਹਿੰਦੇ ਉਹਦਾ ਰਸਤਾ ਨਹੀਂ ਦੇਖਿਆ ਜਾ ਸਕਦਾ ਇੱਦਾਂ। ਕਹਿੰਦੇ ਇੱਦਾਂ ਮੇਰਾ ਰਾਮਈਆ ਜਿਹੜਾ ਹੈ ਨਾ ਉਹ ਕੰਮ ਕਰਦਾ। ਫਿਰ ਇੱਕ ਉਦਾਹਰਣ ਦਿੱਤੀ ਮਾਰੂਥਲ ਦੀ, ਕਹਿੰਦੇ ਜਿਉਂ ਆਕਾਸ਼ੈ ਘੜੂ ਅਲੋ ਮ੍ਰਿਗ ਤ੍ਰਿਸ਼ਨਾ ਭਰਿਆ, ਕਹਿੰਦੇ ਜਿਵੇਂ ਹਿਰਨ ਨੂੰ ਬਹੁਤ ਪਿਆਸ ਲੱਗੀ ਹੋਏ, ਮਾਰੂਥਲ ਦੇ ਵਿੱਚ ਜਿਵੇਂ ਤੇਜ ਪੈਂਦੀ ਧੁੱਪ ਦੇ ਵਿੱਚ ਰੇਤ ਚਮਕਦੀ ਹੈ ਤੇ ਉਹਨੂੰ ਇਉਂ ਪ੍ਰਤੀਤ ਹੁੰਦਾ ਵੀ ਹੁਣ ਪਾਣੀ ਦਾ ਚਸ਼ਮਾ ਆਇਆ, ਹੁਣ ਪਾਣੀ ਦਾ ਤਲਾਬ ਆਇਆ, ਮੇਰੀ ਪਿਆਸ ਬੁਝੇਗੀ। ਕਹਿੰਦੇ ਜਿਵੇਂ ਉਹ ਰੇਤ ਚਮਕਦੀ ਦੇ ਉੱਤੇ ਪਾਣੀ ਦੀ ਨਾਮੋ ਨਿਸ਼ਾਨਦੇਹੀ ਨਹੀਂ ਹੁੰਦੀ, ਏਦਾਂ ਕਹਿੰਦੇ ਮੇਰਾ ਰੱਬ ਜਿਹੜਾ ਹੈ ਉਹ ਕੰਮ ਕਰਦਾ ਹੈ। ਰੇਤ ਵੀ ਹੈ, ਧੁੱਪ ਵੀ ਹੈ, ਮ੍ਰਿਗ ਵੀ ਹੈ, ਉਹਦੀ ਪਿਆਸ ਵੀ ਹੈ, ਨਾ ਪਿਆਸ ਦਿਸਦੀ ਹੈ ਨਾ ਜਿਸ ਪਿਆਸ ਨੂੰ ਲੈ ਕੇ ਉਹ ਪਾਣੀ ਪਿੱਛੇ ਭੱਜ ਰਿਹਾ ਹੈ, ਉਹ ਚਮਕਦੀ ਰੇਤ ਦਾ ਪਾਣੀ ਜਾਂ ਸੋਮਾ ਵੀ ਉਹਨੂੰ ਨਜ਼ਰ ਨਹੀਂ ਆਉਂਦਾ। ਕਹਿੰਦੇ ਏਦਾਂ ਉਹ ਪ੍ਰੋਸੈਸ ਨਿਯਮ ਰੂਪ ਦੇ ਵਿੱਚ ਸਾਰਿਆਂ ਵਿੱਚ ਕੰਮ ਕਰ ਰਿਹਾ। ਕਹਿੰਦੇ ਨਾਮੇ ਚੇ ਸਵਾਮੀ ਬੀਟ ਲੋ ਜਿਨ ਤੀਨੈ ਜਰਿਆ, ਕਹਿੰਦੇ ਮੇਰਾ ਜਿਹੜਾ ਬਿਸਟਲ ਹੈ ਨਾ, ਮੇਰਾ ਜਿਹੜਾ ਰੱਬ ਹੈ, ਉਹਨੇ ਮੇਰੇ ਤਿੰਨ ਹੀ ਤਾਪ ਸਾੜ ਦਿੱਤੇ, ਜਿਹੜੇ ਕਹਿੰਦੇ ਕਹੇ ਜਾਂਦੇ ਨੇ ਨਾ ਆਦ ਵਿਆਦ ਉਪਾਦ, ਕੁਛ ਕੁਦਰਤੀ ਨੇ, ਕੁਛ ਮਾਨਸਿਕ ਨੇ, ਕੁਛ ਸਰੀਰਕ ਨੇ। ਕਹਿੰਦੇ ਮੈਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ। ਸੜਿਆ ਤੋਂ ਭਾਵ ਕੀ ਹੈ ਵੀ ਮੈਨੂੰ ਸਮਝ ਆ ਗਈ ਵੀ ਜੇ ਸਰੀਰ ਨੂੰ ਦੁੱਖ ਲੱਗਦਾ ਫਿਰ ਕੀ ਕਰਨਾ, ਮੈਨੂੰ ਸਮਝ ਲੱਗ ਗਈ ਜੇ ਮੇਰਾ ਮਨ ਡੋਲਦਾ ਫਿਰ ਕੀ ਕਰਨਾ, ਮੈਨੂੰ ਸਮਝ ਲੱਗ ਗਈ ਜੇ ਕੁਦਰਤੀ ਕੋਈ ਆਫਤ ਆਉਂਦੀ ਹੈ ਮੈਂ ਰੱਬ ਨੂੰ ਕੋਸਣ ਹੀ ਬਹਿ ਜਾਂਦਾ, ਮੈਂ ਉੱਥੇ ਜਿੰਨਾ ਮੇਰਾ ਹਿੱਸਾ ਬਣਦਾ ਵੀ ਇੱਥੇ ਸੁਧਾਰ ਕੀ ਕਰ ਸਕਦਾ, ਕਿੰਨੀ ਮੈਂ ਹੈਲਪ ਕਰ ਸਕਦਾ, ਮੈਂ ਉਹ ਕੰਮ ਕਰਨ ਵਾਲੇ ਪਾਸੇ ਤੁਰਦਾ, ਮੈਂ ਇਸ ਆਦ ਵਿਆਦ ਉਪਾਦ ਦੇ ਚੱਕਰ ਦੇ ਵਿੱਚੋਂ ਵੀ ਮੁਕਤ ਹੋ ਗਿਆ। ਹੁਣ ਕਿੰਨੀ ਸੌਖੀਆਂ ਐਗਜ਼ਾਮਪਲਾਂ ਦੇ ਕੇ ਭਗਤ ਨਾਮਦੇਵ ਜੀ ਨੇ ਇਸ ਗੱਲ ਦਾ ਜਿਹੜਾ ਹੈ ਉਹ ਨਿਰਣਾ ਕੀਤਾ, ਸਾਨੂੰ ਸਮਝਾਇਆ। ਕਹਿੰਦੇ ਵੀ ਮੇਰਾ ਰੱਬ ਜਿਹੜਾ ਭਾਈ ਜਿਵੇਂ ਤੁਸੀਂ ਮੰਨਦੇ ਹੋ ਨਾ, ਇੱਦਾਂ ਮੇਰਾ ਰੱਬ ਕੰਮ ਨਹੀਂ ਕਰਦਾ, ਮੇਰਾ ਰੱਬ ਕੰਮ ਕਰਦਾ ਪਰ ਉਹ ਨਿਯਮ ਦੇ ਰੂਪ ਦੇ ਵਿੱਚ ਕੰਮ ਕਰਦਾ, ਨਿਯਮ ਦੇ ਰੂਪ ਦੇ ਵਿੱਚ ਸਾਰਿਆਂ ਵਿੱਚ ਬੋਲਦਾ ਪਿਆ, ਸਾਰੀਆਂ ਥਾਵਾਂ 'ਤੇ ਉਹ ਆਪ ਹੀ ਬੈਠਾ ਹੋਇਆ। ਤਾਂ ਉਹਨਾਂ ਨੇ ਆਪਣੀ ਬਾਣੀ 'ਚ ਕਿਹਾ ਈਬੈ ਬੀਠੁਲ ਊਬੈ ਬੀਠੁਲ ਬੀਠੁਲ ਬਿਨ ਸੰਸਾਰ ਨਹੀਂ, ਕਹਿੰਦੇ ਇੱਥੇ ਵੀ ਰੱਬ ਉੱਥੇ ਵੀ ਰੱਬ। ਇਹਦਾ ਮਤਲਬ ਜਦੋਂ ਇਹ ਕਹਿ ਰਹੇ ਨੇ ਵੀ ਇੱਥੇ ਵੀ ਰੱਬ ਉੱਥੇ, ਕਿੰਨੇ ਕੁ ਰੱਬ ਹੋਣਗੇ ਭਗਤ ਨਾਮਦੇਵ ਜੀ ਦੇ, ਜਿੱਥੇ ਕਈ ਹੋਣਗੇ ਫਿਰ ਤਾਂ ਸਾਨੂੰ ਗਿਣਨੇ ਪੈਣੇ ਨੇ ਵੀ ਦੇਖੋ ਇੰਨੇ ਰੱਬ ਬਿਆਨ ਕੀਤੇ, ਨਹੀਂ ਉਹ ਕਹਿੰਦੇ ਮੇਰੇ ਸਾਰੇ ਪਾਸੇ ਰੱਬ ਹੀ ਰੱਬ ਕੰਮ ਕਰਦਾ, ਭਾਵ ਉਹਦਾ ਨਿਯਮ ਸਾਰੀਆਂ ਥਾਵਾਂ 'ਤੇ ਕੰਮ ਕਰਦਾ ਮੇਰੇ ਆਲੇ ਦੁਆਲੇ। ਹੁਣ ਜੇ ਆਪਾਂ ਇਹਨੂੰ ਇਸ ਢੰਗ ਨਾਲ ਸਮਝਾਂਗੇ ਫਿਰ ਤਾਂ ਗੱਲ ਸਮਝ ਆ ਜਾਏਗੀ, ਪਰ ਜੇ ਆਪਾਂ ਸਮਝਾਂਗੇ ਜਿੱਦਾਂ ਮਨੌਤਾਂ ਬਣਾ ਕੇ ਵੀ ਭਗਤ ਨਾਮਦੇਵ ਜੀ ਨੂੰ ਕੁੱਤੇ 'ਚ ਰੱਬ ਦਿਸਿਆ, ਕਹਿੰਦੇ ਕੁੱਤੇ ਦੇ ਪਿੱਛੇ ਰੋਟੀ ਲੈ ਕੇ ਭੱਜ ਪਏ,
ਮਤਲਬ ਕਿੱਦਾਂ ਦੀ ਸਾਖੀਆਂ ਆਪਾਂ ਜਦੋਂ ਆਪਣੇ ਬੱਚੇ ਨੂੰ ਕਨਵਿੰਸ ਕਰਨਾ ਹੈ, ਤੁਸੀਂ ਲਾਅ ਆਫ ਨੇਚਰ ਦੇ ਹਿਸਾਬ ਨਾਲ ਕਨਵਿੰਸ ਕਰ ਸਕਦੇ ਹੋ ਜਾਂ ਇੱਦਾਂ ਕੁੱਤੇ 'ਚ ਰੱਬ ਦਿਖਾ ਕੇ ਕਨਵਿੰਸ ਕਰੋਗੇ? ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਕਿਵੇਂ ਕਨਵਿੰਸ ਹੋਏਗਾ ਬੱਚਾ? ਜਦੋਂ ਲਾਅ ਆਫ ਨੇਚਰ ਸਮਝਾਵਾਂਗੇ ਬੱਚੇ ਨੂੰ ਗੱਲ ਪੱਲੇ ਪਏਗੀ, ਸਮਝ ਆਏਗੀ। ਪਰ ਜੇ ਤੁਸੀਂ ਇੱਦਾਂ ਇੱਕ ਇੱਕ ਥਾਂ 'ਤੇ ਤਾਂ ਕੁੱਤੇ 'ਚ ਰੱਬ ਦਿਸ ਗਿਆ ਅਤੇ ਬਾਕੀਆਂ ਥਾਵਾਂ 'ਤੇ ਉਹ ਰੱਬ ਨਹੀਂ ਦਿਸਿਆ, ਫਿਰ ਕਹਿੰਦੇ ਵੀ 72 ਵਾਰੀ ਜ਼ਿੰਦਗੀ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਰੱਬ ਦੇ ਦਰਸ਼ਨ ਹੋਏ। ਵੀ ਦੱਸੋ ਰੱਬ ਦੇ ਦਰਸ਼ਨਾਂ ਦਾ ਗਿਣਤੀ ਨਾਲ ਕੀ ਸੰਬੰਧ? ਵੀ ਰੱਬ ਇੰਨੀ ਵਾਰੀ ਦਰਸ਼ਨ ਦੇ ਕੇ ਗਿਆ ਉਹਨਾਂ ਨੂੰ। ਹੁਣ ਮਸਲਾ ਇਹ ਸੀ ਵੀ ਭਗਤ ਨਾਮਦੇਵ ਜੀ ਕਹਿੰਦੇ ਭਾਈ ਤੁਸੀਂ ਜਿਹੜੇ ਦਿਓਰੇ 'ਤੇ ਕਬਜ਼ਾ ਕਰਕੇ ਬੈਠੇ ਹੋ ਨਾ, ਜਿਹੜਾ ਵਾਰ ਵਾਰ ਇਹ ਸਾਨੂੰ ਸ਼ਬਦ ਦੇ ਬਾਰੇ ਪੁੱਛਿਆ ਜਾਂਦਾ, ਜੀ ਭਗਤ ਨਾਮਦੇਵ ਜੀ ਨੇ ਦਿਓਰਾ ਘੁਮਾ ਦਿੱਤਾ ਸੀ। ਉਹ ਭਗਤ ਨਾਮਦੇਵ ਨੇ ਦਿਓਰਾ ਨਹੀਂ ਘੁਮਾਇਆ ਭਾਈ, ਸਾਨੂੰ ਦੱਸਿਆ ਗਿਆ। ਹੁਣ ਉੱਥੇ ਸ਼ਬਦ ਦੇ ਵਿੱਚ ਕਿੱਥੇ ਲਿਖਿਆ ਵੀ ਕਿਸੇ ਮੰਦਰ ਦੀ ਗੱਲ ਚੱਲ ਰਹੀ ਹੈ ਜਿਹੜਾ ਮਹਾਰਾਸ਼ਟਰ ਦੇ ਵਿੱਚ ਹੈ, ਅਤੇ ਉਸ ਮੰਦਰ ਦੇ ਬੂਹੇ 'ਤੇ ਜਾ ਕੇ ਭਗਤ ਨਾਮਦੇਵ ਜੀ ਬੈਠੇ, ਉੱਥੇ ਕਿਹੜਾ ਐਡਰੈਸ ਲਿਖਿਆ ਹੋਇਆ? ਸਾਨੂੰ ਸਾਖੀ ਘੜ ਕੇ ਮਨੌਤ ਬਣਾ ਕੇ ਦੱਸਿਆ ਗਿਆ ਵੀ ਇੱਦਾਂ ਇੱਕ ਮੰਦਰ ਸੀ, ਮੰਦਰ ਦੇ ਵਿੱਚ ਜਦੋਂ ਨਾਮਦੇਵ ਜੀ ਗਏ ਉਹਨਾਂ ਨੇ ਵੜਨ ਨਹੀਂ ਦਿੱਤਾ, ਉਹਨਾਂ ਨੇ ਕਿਹਾ ਵੀ ਚੱਲ ਤੂੰ ਨੀਵੀਂ ਜਾਤਦਾ ਹੈ। ਉਹ ਵਿਚਾਰੇ ਨਮੋਸ਼ੀ ਵਿੱਚ ਆ ਕੇ ਮੰਦਰ ਦੇ ਪਿੱਛੇ ਜਾ ਕੇ ਬਹਿ ਗਏ, ਅਤੇ ਰੱਬ ਇੰਨਾ ਕੁ ਦਿਆਲ ਹੋਇਆ ਵੀ ਗਰੀਬੜੇ ਨੂੰ ਵਿਚਾਰੇ ਨੂੰ ਬਾਹਰ ਕੱਢ ਦਿੱਤਾ, ਉਹਨੇ ਆਪਣਾ ਦਰਵਾਜ਼ਾ ਹੀ ਘੁਮਾ ਲਿਆ। ਹੁਣ ਇੱਦਾਂ ਕੁਛ ਨਹੀਂ ਵਾਪਰਦਾ, ਜਿਹੜਾ ਸਾਨੂੰ ਇਹ ਸਾਨੂੰ ਦੱਸਿਆ ਗਿਆ ਸਾਡੀ ਮਨੌਤ ਬਣ ਕੇ ਵੀ ਇੱਦਾਂ ਦਿਓਰਾ ਘੁੰਮਦਾ ਹੈ। ਜਦੋਂ ਇਹ ਸਰੀਰ ਗੁਣਾਂ ਦੇ ਨਾਲ ਭਰਪੂਰ ਹੋਏ ਨਾ, ਜਿਵੇਂ ਭਗਤ ਨਾਮਦੇਵ ਜੀ ਨੂੰ ਗਿਆਨ ਹੈ, ਜਿਵੇਂ ਭਗਤ ਨਾਮਦੇਵ ਜੀ ਨੇ ਆਪਣੀ ਜ਼ਿੰਦਗੀ ਜੀਵੀ ਹੈ, ਉਹ ਬੰਦਾ ਕਿਸੇ ਵੀ ਥਾਂ 'ਤੇ ਜਾ ਕੇ ਬਹਿ ਕੇ ਗਿਆਨ ਦੀ ਗੱਲ ਕਰਨੀ ਸ਼ੁਰੂ ਕਰ ਦੇਵੇ ਨਾ, ਦੁਨੀਆ ਆ ਕੇ ਉੱਥੇ ਉਹਦੀ ਗੱਲ ਸੁਣਨੀ ਸ਼ੁਰੂ ਕਰ ਦਿੰਦੀ ਹੈ। ਇਹਨੂੰ ਕਹਿੰਦੇ ਨੇ ਦਿਓਰਾ ਘੁੰਮਣਾ, ਇਹਨੂੰ ਕਹਿੰਦੇ ਨੇ ਸੋਚ ਦਾ ਘੁੰਮਣਾ। ਸੁਰਤ ਘੁੰਮ ਗਈ ਵੀ ਨਹੀਂ ਯਾਰ ਮੂਰਤ ਭਗਤ ਨਾਮਦੇਵ ਜੀ ਨੇ ਕਿਹਾ ਨਹੀਂ ਹੋਏਗਾ, ਜਦੋਂ ਉਹਨਾਂ ਨੇ ਬਾਣੀ 'ਚ ਸ਼ਬਦ ਲਿਖਿਆ ਵੀ ਇੱਕ ਹੈ ਪਾਥਰ ਘੀਚੈ ਭਾਓ, ਦੂਜੇ ਪਾਥਰ ਧਰੀਏ ਪਾਓ, ਜੇ ਇਹ ਦਿਓ ਤਾਂ ਉਹ ਵੀ ਦੇਵਾ, ਕਹੇ ਨਾਮਦੇਵ ਹਮ ਹਰ ਕੀ ਸੇਵਾ। ਭਗਤ ਨਾਮਦੇਵ ਜੀ ਨੇ ਕਿਹਾ ਨਹੀਂ ਹੋਏਗਾ ਵੀ ਆਓ ਜੇ ਤੁਹਾਡੀ ਮੂਰਤੀ ਬੋਲਦੀ ਹੈ ਤਾਂ ਮੈਨੂੰ ਕੋਈ ਉਪਦੇਸ਼ ਦਿਓ, ਜੇ ਨਹੀਂ ਦਿੰਦੀ ਤਾਂ ਆਓ ਮੈਂ ਤੁਹਾਨੂੰ ਦੱਸਦਾ ਵੀ ਰੱਬ ਕੀ ਹੈ, ਉੱਥੇ ਗੱਲ ਹੋਈ ਨਹੀਂ ਹੋਏਗੀ। ਇੱਦਾਂ ਥੋੜ੍ਹੀ ਨਾ ਵੀ ਜਿਹੜੇ ਇੰਨੇ ਇਨਕਲਾਬੀ ਵਿਚਾਰ ਦੇ ਰਹੇ ਨੇ ਭਗਤ ਨਾਮਦੇਵ ਜੀ, ਉਹ ਚੁੱਪ ਕਰਕੇ ਇੱਦਾਂ ਨਮੋਸ਼ੀ ਵਿੱਚ ਆ ਕੇ ਮੰਦਰ ਦੇ ਵਿੱਚੋਂ ਨਿਕਲ ਕੇ ਬਾਹਰਲੇ ਪਾਸੇ ਬਹਿ ਗਏ ਹੋਣਗੇ ਜਾ ਕੇ? ਨਹੀਂ, ਉਹਨਾਂ ਨੇ ਹੋਕਾ ਦਿੱਤਾ ਹੋਏਗਾ ਵੀ ਆਓ ਜੇ ਤੁਹਾਡਾ ਰੱਬ ਕਿਵੇਂ ਕੰਮ ਕਰਦਾ, ਮੇਰਾ ਕਿਵੇਂ ਕੰਮ ਕਰਦਾ, ਮੈਂ ਤੁਹਾਨੂੰ ਦੱਸਦਾ। ਤਾਂ ਉਹਨਾਂ ਨੇ ਕਿਹਾ ਸੀ ਹਿੰਦੂ ਅੰਨਾ ਤੁਰਕੂ ਕਾਣ। ਹੁਣ ਇਹ ਜਿਹੜਾ ਕਿਸੇ ਨੂੰ ਮੁਸਲਮਾਨ ਕਹਿਣਾ, ਕਿਸੇ ਨੂੰ ਹਿੰਦੂ ਕਹਿਣਾ, ਇਹ ਕੁਦਰਤ ਨੇ ਥੋੜ੍ਹੀ ਨਾ ਬਣਾਇਆ ਵੀ ਇਹਨੂੰ ਤੁਸੀਂ ਹਿੰਦੂ ਕਹੋ, ਇਹਨੂੰ ਤੁਸੀਂ ਮੁਸਲਮਾਨ ਕਹੋ। ਪ੍ਰਚਲਿਤ ਸ਼ਬਦ ਵਰਤੇ ਜਾ ਰਹੇ ਨੇ, ਇਹ ਸਿੱਖ ਵਾਸਤੇ ਵੀ ਗੱਲ ਲਾਗੂ ਹੁੰਦੀ ਹੈ ਜਿਹਨੂੰ ਆਪਾਂ ਸਿੱਖ ਕਹਿੰਦੇ ਹਾਂ। ਕੁਦਰਤ ਨੇ ਮਨੁੱਖ ਦੀ ਘਾੜਤ ਘੜੀ ਹੈ, ਮਨੁੱਖ ਪੈਦਾ ਹੋਇਆ ਇਸ ਕੁਦਰਤ ਦੇ ਵਿੱਚ, ਨਾ ਹਿੰਦੂ ਪੈਦਾ ਹੋਇਆ, ਨਾ ਮੁਸਲਮਾਨ, ਨਾ ਈਸਾਈ, ਇਹ ਸਾਡੀ ਦਿਮਾਗ ਦੀ ਘਾੜਤ ਹੈ। ਪੁਜਾਰੀ ਨੇ ਘੜ ਕੇ ਦੱਸ ਦਿੱਤਾ ਵੀ ਜਿਹੜਾ ਧੋਤੀ ਟੀਕਾ ਮੋਦੀ ਇੱਦਾਂ ਲਾਉਂਦਾ ਇਹਨੂੰ ਹਿੰਦੂ ਕਹਿੰਦੇ ਨੇ, ਜਿਹੜਾ ਇੱਦਾਂ ਸੁੰਨਤ ਕਰਾ ਕੇ ਇੱਕ ਥਾਂ 'ਤੇ ਰੱਬ ਨੂੰ ਮੰਨਦਾ ਹੈ ਉਹਨੂੰ ਮੁਸਲਮਾਨ ਕਹਿੰਦੇ ਨੇ, ਜਿਹੜਾ ਜੈਨੀ ਹੈ ਉਹ ਆਪਣੇ ਆਪ ਦੇ ਸਿਰ ਦੇ ਵਾਲ ਪਟਾ ਕੇ ਨੰਗੇ ਪੈਰੀ ਯਾਤਰਾਵਾਂ ਕਰਕੇ ਮੂੰਹ 'ਤੇ ਪੱਟੀ ਬੰਨ੍ਹ ਕੇ ਉਹ ਜੀਵਨ ਬਤੀਤ ਕਰਦਾ ਹੈ ਉਹਨੂੰ ਜੈਨੀ ਕਹਿੰਦੇ ਨੇ, ਬੋਧੀ ਭਿਕਸ਼ੂ ਜਿਹੜੇ ਆਪਣਾ ਘਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਸਾਧਨਾ ਕਰਨ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ। ਇਹ ਮਨੁੱਖ ਨੇ ਜਿਹੜਾ ਸਮੇਂ ਦਾ ਪੁਜਾਰੀ ਸੀ ਉਹਨੇ ਘੜ ਕੇ ਦੇ ਦਿੱਤਾ, ਇਹਨੂੰ ਹਿੰਦੂ ਦਾ ਠੱਪਾ ਲਾਇਆ, ਉਹਨੂੰ ਮੁਸਲਮਾਨ ਦਾ, ਸਾਡੇ ਵਾਲਿਆਂ ਨੇ ਸਿੱਖ ਨੂੰ ਲਾ ਦਿੱਤਾ। ਪਰ ਗੁਰੂ ਸਾਹਿਬ ਬਾਣੀ 'ਚ ਗੱਲ ਕਰ ਰਹੇ ਨੇ ਵੀ ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਆਇਆ ਉਹਨੂੰ ਕੀ ਕਿਹਾ? ਏਕ ਪਿਤਾ। ਫਿਰ ਹਿੰਦੂ ਮੁਸਲਮਾਨ ਸਿੱਖ ਈਸਾਈ ਕਿੱਥੇ ਰਹਿ ਗਿਆ?
ਜਿਹੜੀ ਚੀਜ਼ ਨੂੰ ਅਸੀਂ ਲੈ ਕੇ ਤੁਰ ਪਏ ਉਹ ਜਿੱਦਾਂ ਸਮਾਜ ਦਾ ਸਟਰਕਚਰ ਸੀ ਉਸੇ ਸਮਾਜ ਦੇ ਸਟਰਕਚਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਫਲਸਫੇ ਦੀ ਗੱਲ ਕੀਤੀ ਜਿਹੜੀ ਕੌਮੀਅਤ ਦੀ ਗੱਲ ਕੀਤੀ ਉਹ ਤਾਂ ਸੀ ਵੀ ਭਾਈ ਜਿਹੜੇ ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚ ਤੁਹਾਨੂੰ ਪਾ ਕੇ ਉਲਝਾਇਆ ਜਾ ਰਿਹਾ ਤੁਹਾਡੇ ਮਾਨਸਿਕ ਵਿਕਾਸ ਨਹੀਂ ਹੋਣ ਦਿੱਤਾ ਜਾ ਰਿਹਾ ਜਦੋਂ ਤੁਸੀਂ ਆਪ ਰੱਬ ਦੀ ਅੰਸ਼ ਮੰਨ ਕੇ ਆਪਣੇ ਆਪ ਨੂੰ ਚੱਲੋਗੇ ਜ਼ਿੰਮੇਵਾਰ ਹੋ ਕੇ ਤੁਰੋਗੇ ਤੁਸੀਂ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਜੇ ਕਹੋਗੇ ਰੱਬ ਕਰੇਗਾ ਫਿਰ ਤੁਸੀਂ ਤੇ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਾ ਜਿਵੇਂ ਬਾਬਰ ਦਾ ਹਮਲਾ ਹੋਇਆ ਨਾ ਉਹ ਲੋਕੀ ਬੈਠੇ ਸੀ ਵੀ ਆਪੇ ਕਰਨਾ ਰੱਬ ਨੇ ਪੁਜਾਰੀਆਂ ਨੇ ਭੁਲੇਖਾ ਪਾ ਦਿੱਤਾ ਵੀ ਰੱਬ ਕਰੇਗਾ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਜਿਹੜਾ ਰੱਬ ਹੈ ਉਹੀ ਸਾਰਾ ਕੁਝ ਕਰਦਾ ਪਰ ਅਸਲ ਵਿੱਚ ਭਗਤ ਨਾਮਦੇਵ ਜੀ ਜਦੋਂ ਆਪਣੀ ਬਾਣੀ ਵਿੱਚ ਇੱਦਾਂ ਦੇ ਵਿਚਾਰ ਦਿੰਦੇ ਨੇ ਹਿੰਦੂ ਅੰਨਾ ਤੁਰਕੂ ਕਾਣਾ ਕਿਸੇ ਕੌਮ ਨੂੰ ਨਹੀਂ ਕਿਹਾ ਜਾ ਰਿਹਾ ਵੀ ਹਿੰਦੂ ਅੰਧੇ ਹੁੰਦੇ ਨੇ ਜਾਂ ਤੁਰਕ ਕਾਣੇ ਹੁੰਦੇ ਨੇ ਉਸ ਸੋਚ ਨੂੰ ਅੰਨਾ ਕਿਹਾ ਜਾ ਰਿਹਾ ਜਿਹੜਾ ਉਹਨੂੰ ਰੱਬ ਬਣਾ ਕੇ ਬੈਠਾ ਹੋਇਆ ਵੀ ਸਿਰਫ ਰੱਬ ਮੰਦਰ 'ਚ ਰਹਿੰਦਾ ਸਿਰਫ ਰੱਬ ਮਸੀਤ ਵਿੱਚ ਰਹਿੰਦਾ ਉਸ ਸੋਚ ਨੂੰ ਉਸ ਬਿਰਤੀ ਨੂੰ ਭਗਤ ਨਾਮਦੇਵ ਜੀ ਅੰਨਾ ਤੇ ਕਾਣਾ ਕਹਿ ਰਹੇ ਨੇ ਤਾਂ ਉਹਨਾਂ ਨੇ ਕਿਹਾ ਦੋਹਾਂ ਤੇ ਗਿਆਨੀ ਸਿਆਣਾ ਸਾਡੇ ਵਾਲੇ ਨੇ ਭਰਮ ਪਾ ਲਿਆ ਵੀ ਜਿਹਨੇ ਚੋਲਾ ਵਧੀਆ ਪਾਇਆ ਦਸਤਾਰ ਸੋਹਣੀ ਸਜਾਈ ਚਿੱਟੇ ਵਸਤਰ ਪਾ ਕੇ ਪੰਜ ਸੱਤ ਬੰਦੇ ਨਾਲ ਹੋਏ ਚਾਰ ਗਿਆਨ ਦੀਆਂ ਗੱਲਾਂ ਆ ਉਹ ਕਹਿੰਦਾ ਵੀ ਗਿਆਨੀ ਬਾਣੀ 'ਚ ਲਿਖਿਆ ਦੋਹਾਂ ਤੇ ਗਿਆਨੀ ਸਿਆਣਾ ਗਿਆਨਵਾਨ ਉਹ ਹੈ ਜਿਹੜਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨ ਜਿਹੜਾ ਰੱਬੀ ਪਸਾਰਾ ਹੈ ਜਿਹੜਾ ਰੱਬੀ ਪਸਾਰੇ ਦੇ ਨਿਯਮ ਨੂੰ ਸਮਝ ਲੈਂਦਾ ਹੈ ਉਹੀ ਬ੍ਰਹਮ ਗਿਆਨੀ ਹੈ ਬ੍ਰਹਮ ਕੀ ਹੈ ਰੱਬ ਜਿਹੜਾ ਸਾਨੂੰ ਦੱਸਿਆ ਗਿਆ ਤੇ ਗਿਆਨੀ ਕਹਿੰਦੇ ਜਿਹੜਾ ਉਹਦੇ ਬਾਰੇ ਜਾਣ ਲਏ ਜਿਹਨੇ ਇਹਦੇ ਪਸਾਰੇ ਬਾਰੇ ਜਾਣ ਲਿਆ ਫਿਰ ਉਹ ਕੀ ਹੋਇਆ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ ਬੜਾ ਸੌਖਾ ਨਹੀਂ ਹੋ ਗਿਆ ਜੇ ਨਿਯਮ ਦੇ ਰੂਪ ਵਿੱਚ ਸਮਝਾਂਗੇ ਆਪਾਂ ਹੁਣ ਭਗਤ ਨਾਮਦੇਵ ਜੀ ਕਹਿੰਦੇ ਭਾਈ ਦੇਖੋ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮੈਂ ਮੰਦਰ 'ਚ ਲੱਭਦਾ ਨਾ ਮੈਂ ਮਸੀਤ 'ਚ ਲੱਭਦਾ ਕਿਉਂਕਿ ਮੇਰੇ ਵਾਲਾ ਤੇ ਸਾਰੇ ਥਾਵਾਂ 'ਤੇ ਫੈਲਿਆ ਹੋਇਆ ਈਬੈ ਬੀਠੁਲ ਊਬੈ ਬੀਠੁਲ ਬੀਠੁਲ ਬਿਨ ਸੰਸਾਰ ਨਹੀਂ ਤੇ ਇਹ ਗੱਲਾਂ ਜਦੋਂ ਭਗਤ ਨਾਮਦੇਵ ਜੀ ਨੇ 13ਵੀਂ ਸਦੀ ਦੇ ਅਖੀਰ ਦੇ ਵਿੱਚ ਸਾਡੇ ਨਾਲ ਕੀਤੀਆਂ ਉਹਨਾਂ ਨੇ ਆਪਣਾ ਨਜ਼ਰੀਆ ਦਿੱਤਾ ਤੇ ਫਿਰ ਅੱਜ ਉਹ ਨਜ਼ਰੀਆ ਕਿਉਂ ਲੁਕਾਇਆ ਜਾ ਰਿਹਾ ਜਦੋਂ ਕਿਹਾ ਜਾ ਰਿਹਾ ਵੀ ਦੇਖੋ ਜੀ ਰੱਬ ਤੇ ਸਿਰਫ ਇੱਕੋ ਥਾਂ ਤੇ ਰਹਿੰਦਾ ਸਿੱਖ ਗੁਰਦੁਆਰਿਆਂ 'ਚ ਲੱਭਦੇ ਨੇ ਬਾਕੀ ਮੰਦਰਾਂ ਮਸੀਤਾਂ 'ਚ ਲੱਭਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ ਜਿਵੇਂ ਕਬੀਰ ਸਾਹਿਬ ਦਾ ਬਚਨ ਬਾਣੀ ਵਿੱਚ ਦਰਜ ਹੈ ਨਾ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸਵਾਮੀ ਕਬੀਰ ਦਾ ਮਾਲਕ ਤੇ ਸਾਰੀਆਂ ਥਾਵਾਂ ਤੇ ਹੈ ਭਾਈ ਉਹ ਤੇ ਕੋਈ ਥਾਂ ਹੈ ਹੀ ਨਹੀਂ ਜਿੱਥੇ ਉਹ ਨਾ ਰਮਿਆ ਹੋਵੇ ਐਸੀ ਵਿਚਾਰ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਦਿੱਤੀ ਕਿ ਭਾਈ ਉਹ ਸਾਰੀਆਂ ਥਾਵਾਂ ਤੇ ਹੈ ਕੋਈ ਥਾਂ ਐਸੀ ਨਹੀਂ ਜਿੱਥੇ ਰੱਬ ਦਾ ਵਾਸਾ ਨਾ ਹੋਏ ਤੇ ਫਿਰ ਉਸ ਰੱਬ ਦੇ ਜਿੰਨੀ ਵੀ ਕ੍ਰੀਏਸ਼ਨ ਹੈ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ ਅਸੀਂ ਵੀ ਉਹਦਾ ਹਿੱਸਾ ਹਾਂ ਅਸੀਂ ਵੀ ਜ਼ਿੰਮੇਵਾਰ ਹੋ ਕੇ ਉਹਦੇ ਨਿਯਮਾਂ ਨੂੰ ਫੋਲੋ ਕਰਕੇ ਆਪਣੀ ਜ਼ਿੰਦਗੀ ਜਿਉਣ ਵਾਲੇ ਪਾਸੇ ਤੁਰੀਏ ਤਾਂ ਕਿ ਸਾਨੂੰ ਕੋਈ ਉਲਝਾ ਨਾ ਸਕੇ ਆਪ ਵੀ ਆਪਣੀ ਬੁੱਧੀ ਦਾ ਵਿਕਾਸ ਕਰੀਏ ਸਮਾਜ ਦੇ ਵਿਕਾਸ ਦੇ ਵਿੱਚ ਆਪਾਂ ਯੋਗਦਾਨ ਪਾਈਏ ਤਾਂ ਕਿ ਜੀਵਨ ਔਖਾ ਨਹੀਂ ਸੌਖਾ ਹੋ ਸਕੇ ਗਾਂ ਕੱਲ੍ਹ ਨੂੰ ਬੱਚਿਆਂ ਨੂੰ ਕੋਈ ਚੀਜ਼ ਦੱਸਣੀ ਹੈ ਨਾ ਨੇਚਰ ਆਫ ਲੋਅ ਦੇ ਹਿਸਾਬ ਨਾਲ ਹੀ ਸਮਝਾ ਸਕੋਗੇ ਮਤਾ ਸੋਚਿਓ ਵੀ ਫੂਕ ਮਾਰ ਕੇ ਸਮਝਾਓਗੇ ਵੀ ਗੁਰੂ ਨਾਨਕ ਸਾਹਿਬ ਨੇ ਇੱਦਾਂ ਪੰਜਾ ਲਾਇਆ ਉਹ ਬੱਚਾ ਕਹੇ ਵੀ ਤੁਸੀਂ ਵੀ ਲਾ ਕੇ ਦੱਸੋ ਕੋਈ ਵੈਸੇ ਹੀ ਪੱਥਰ ਉਹ ਕਹਿੰਦੇ ਵੀ ਜੇ ਨੇਚਰ ਆਫ ਲੋਅ ਦੇ ਹਿਸਾਬ ਨਾਲ ਦੇਖਾਂਗੇ ਪੱਥਰ ਤੇ ਨਰਮ ਹੁੰਦਾ ਹੀ ਨਹੀਂ ਨਾ ਉਹਦੇ 'ਚ ਤਾਂ ਹੱਥ ਲਾਇਆ ਹੱਥ ਖੁੱਭਦਾ ਫਿਰ ਜੇ ਕੱਲ੍ਹ ਨੂੰ ਬੱਚੇ ਨੇ ਕਿਹਾ ਵੀ ਦਿਓ ਲਿਆਓ ਫਿਰ ਪੱਥਰ ਇੱਕ ਲਿਆਓ ਪਾਪਾ ਲਾਓ ਫਿਰ ਮਾੜਾ ਜਿਹਾ ਹੱਥ ਦੇਖੋ
ਮਾੜਾ ਮੋਟਾ ਤੇ ਕਿਤੇ ਸੇਕ ਲੱਗੇਗਾ, ਮਾੜਾ ਮੋਟਾ ਤੇ ਕਿਤੇ ਨਿਸ਼ਾਨ ਜਾਏਗਾ ਜਾਂ ਨਹੀਂ ਜਾਏਗਾ, ਅਸੀਂ ਉਹ ਨਹੀਂ ਲੌਜਿਕ ਲਾਵਾਂਗੇ। ਅਸੀਂ ਕਹਾਂਗੇ ਵੀ ਉਹ ਗੁਰੂ ਨਾਨਕ ਸਾਹਿਬ ਸੀ ਜਿਹੜੇ ਕਰ ਸਕਦੇ ਸੀ। ਨਹੀਂ, ਗੁਰੂ ਨਾਨਕ ਸਾਹਿਬ ਨੇ ਐਸਾ ਕੋਈ ਕੰਮ ਨਹੀਂ ਕੀਤਾ ਜਿਹੜਾ ਉਹਦਾ ਸਿੱਖ ਨਾ ਕਰ ਸਕੇ। ਉਹ ਤੋਂ ਅਗਾਂਹ ਦੀ ਸੋਚ, ਅਗਾਂਹ ਵਧੂ ਸੋਚ ਗੁਰੂ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕੀਤੀ, ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ ਵੀ ਇਹ ਗਿਆਨ ਦੇ ਸੋਮੇ ਨੇ। ਔਰ ਸਾਨੂੰ ਉਹ ਗਿਆਨ ਪ੍ਰਾਪਤ ਹੁੰਦਾ ਜਿਹੜਾ ਸਾਡੀ ਬੁੱਧੀ ਦਾ ਵਿਕਾਸ ਕਰਦਾ, ਸਾਡਾ ਦਿਮਾਗ ਖੋਲ੍ਹਦਾ, ਜ਼ਿੰਦਗੀ ਜਿਉਣ ਦੀ ਸਾਨੂੰ ਸੋਝੀ ਬਖਸ਼ਦਾ। ਐਸੀ ਵਿਚਾਰ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਭਗਤ ਨਾਮਦੇਵ ਜੀ ਨੇ ਆਪਣੇ ਵਿਚਾਰਾਂ ਵਿੱਚ ਦਿੱਤੀ। ਇਹਨਾਂ ਚੀਜ਼ਾਂ ਨੂੰ ਆਪਾਂ ਸਮਝੀਏ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਸਤਿ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਅੰਕਾਰ, ਸਤਿ ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿ ਗੁਰੂ।